ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪਰਮੇਸ਼ ਸ਼ਰਮਾ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਥਿਸ ਇਜ਼ ਸੋਨਮ ਬਾਜਵਾ ਥਿਸ ਇਜ਼ ਗੁਰਿੰਦਾਵਾਦ ਸਬਸਕ੍ਰਾਈਬ ਕਰੋ ਜੀ ਪਿਟਾਰਾ 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 ਦਾ ਅਫੀਸ਼ੀਅਲ YouTube ਚੈਨਲ ਰਾਈਟ ਨਾਓ ਪ੍ਰਭ ਕੀ ਸ਼ਰਨ ਸਗਲ ਪਹਿਲਾ ਥੈ ਦੁਖ ਬਿਨ ਸਹਿ ਸੁਖ ਪਾਇਆ ਜੀਤੀਏ ਜ਼ਿੰਦਗੀ ਦੇ ਦੋ ਰੰਗ ਹੈ ਇੱਕ ਆਹ ਜਿਸ ਦੇ ਵਿੱਚ ਅੱਜ ਸਾਰੀ ਦੁਨੀਆ ਹੀ ਮੇਰਾ ਸਾਥ ਦੇਣ ਨੂੰ ਤਿਆਰ ਹੈ ਅਤੇ ਦੂਜਾ ਆਹ ਰੱਬ ਨਾ ਕਰੇ ਕਿ ਜੇ ਸਾਡੀ ਜ਼ਿੰਦਗੀ ਸਿਰਫ ਇਹਨਾਂ ਹੀ ਰਾਹਾਂ 'ਤੇ ਗੁਜ਼ਰੀ ਤਾਂ ਕੀ ਤੂੰ ਮੇਰਾ ਸਾਥ ਦੇਵੇਂਗੀ ਕਿਉਂਕਿ ਦੋ ਘੰਟੇ ਦੀ ਆਸ਼ਕੀ ਅਤੇ ਹਫ਼ਤੇ 'ਚ ਗਿਣ ਕੇ ਤਿੰਨ ਮੁਲਾਕਾਤਾਂ ਅਤੇ ਉਮਰ ਭਰ ਦੇ 24 ਘੰਟੇ ਦੇ ਸਾਥ ਵਿੱਚ ਬਹੁਤ ਫਰਕ ਹੁੰਦਾ ਇੱਕ ਵਾਰੀ ਫਿਰ ਸੋਚ ਲੈ ਕੌਣ ਹੈ ਸ਼ਾਇਦ ਤੁਹਾਨੂੰ ਪਤਾ ਨਹੀਂ ਲੱਗਿਆ ਪਰ ਦੇਸ਼ ਦੀ ਤਾਂ ਮਾਰਨਿੰਗ ਗੁੱਡ ਹੋ ਚੁੱਕੀ ਹੈ ਜਨਾਬ ਉੱਠ ਉੱਠ ਚਾਹ ਪੀ ਭਰਾਵਾ ਵਾਹ ਬਈ ਥੈਂਕ ਯੂ ਭਲਾ ਉਹ ਤੇਰਾ ਭਲਾ ਤਾਂ ਠੀਕ ਹੈ ਪਰ ਇਹ ਬੈਟੀ ਨਹੀਂ ਵੇਕਅਪ ਕਾਲ ਹੈ ਜਾਗੋ ਡਿਊਟੀ ਕਰੋ ਆਪਣੀ ਚੰਗਾ ਮਜ਼ਾਕ ਹੈ ਮਜ਼ਾਕ ਨਹੀਂ ਤੁਹਾਡਾ ਕੰਮ ਹੈ ਲੋਕਾਂ ਦੀ ਸੇਫਟੀ ਕਰਨਾ ਅਤੇ ਤੁਸੀਂ ਸੀਟਾਂ ਸੁੱਟ ਕੇ ਸੁੱਤੇ ਪਏ ਹੋ ਤੁਹਾਡੇ ਤਾਂ ਕੋਈ ਜਿਪਸੀ ਦੇ ਟਾਇਰ ਵੀ ਖੋਲ੍ਹ ਕੇ ਲੈ ਜਾਏ ਜਨਾਬ ਅਤੇ ਤੁਹਾਨੂੰ ਪਤਾ ਨਹੀਂ ਲੱਗਣਾ ਓਏ 2 ਰੁਪਏ ਦੀ ਚਾਹ ਪਿੱਛੇ ਲੱਖਾਂ ਦੀ ਮੱਤ ਖਰਾਬ ਨਾ ਕਰ ਮੇਰੀ ਸਵੇਰੇ ਜਾਬ ਦਾ ਕੰਮ ਕਰ ਤੁਸੀਂ ਵੀ ਆਪਣੀ ਡਿਊਟੀ ਕਰੋ ਜਨਾਬ ਆਖਿਰ ਤਨਖਾਹ ਮਿਲਦੀ ਹੈ ਤੁਹਾਨੂੰ ਦੱਸਾਂ ਤੈਨੂੰ ਡਿਊਟੀ ਤਿੰਨ ਸੌ ਰੁਪਏ ਦੀ ਟੀ ਸ਼ਰਟ ਖਰਾਬ ਕਰ ਦਿੱਤੀ ਇਹ 300 ਰੁਪਏ ਦਾ ਨੁਕਸਾਨ ਤੇ ਮੈਂ ਜਰ ਲੂੰ ਜਨਾਬ ਪਰ ਜੇ ਤੁਸੀਂ ਸੁੱਤੇ ਰਹਿ ਗਏ ਤਾਂ ਦੇਸ਼ ਦਾ ਐਡਾ ਵੱਡਾ ਨੁਕਸਾਨ ਹੋ ਸਕਦਾ ਜਿਸ ਦਾ ਅੰਦਾਜ਼ਾ ਪੈਸਿਆਂ 'ਚ ਨਹੀਂ ਲਾਇਆ ਜਾ ਸਕਦਾ ਜ਼ਿੰਮੇਵਾਰੀ ਨਾਲ ਡਿਊਟੀ ਕਰੋ ਆਪਣੀ ਉਹ ਬਿਕਰ ਬਾਈ ਰਹਿਣ ਦੇ ਯਾਰ ਉਹ ਤੈਨੂੰ ਕਿੰਨੀ ਵਾਰੀ ਕਿਹਾ ਕਿ ਮੇਰਾ ਨਾਮ ਬਿਕਰਮ ਸਿੰਘ ਹੈ ਸਹੀ ਨਾਂ ਨਾਲ ਬੁਲਾਇਆ ਕਰ ਯਾਰ ਉਹ ਜੋ ਵੀ ਹੈ ਬਾਈ ਛੱਡ ਦੇ ਹੁਣ ਇਹਨਾਂ ਨੂੰ ਜਾਣ ਦੇ ਚਲੋ ਵੀ ਚਲੋ ਆਪਣਾ ਆਪਣਾ ਕੰਮ ਕਰੋ ਚਲੋ ਆਪਣੇ ਕੰਮ ਕਰੋ ਆਜੋ ਬਾਈ ਜੀ ਚਲੋ ਵੀ ਚਲੋ ਤੁਸੀਂ ਪੰਮੇ ਦੀ ਬਣਾਈ ਹੋਈ ਚਾਹ ਪੀਓ ਪਤੰਦਰ ਨੇ ਚੀਸ ਪੈਣ ਲਾਤੀ ਗਲਤੀ ਨਾਲ ਅੱਜ ਫੇਰ ਸਵੇਰ ਹੋ ਹੀ ਗਈ ਹੁਣ
ਜੋ ਸੋਹਣੇ ਹੋ ਓਏ ਜੀਤੂ ਆ ਮੇਰਾ ਸ਼ੇਰ ਪੁੱਤ ਕਿੱਥੇ ਗਿਆ ਪਾਪਾ ਮੈਂ ਸ਼ੇਰ ਪੁੱਤ ਨਹੀਂ ਆ ਮੈਂ ਤਾਂ ਪੇਕੂ ਆ ਹੁਣ ਉੱਠ ਜਾ ਮੇਰਾ ਪੁੱਤਰ ਉੱਠ ਜਾ ਉੱਠ ਜਾ ਉੱਠ ਜਾ ਚੁੱਕ 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 ਆ ਜਾ ਮੇਰਾ ਸ਼ੇਰ ਪੁੱਤਰ ਸ਼ੇਰ ਪੁੱਤਰ ਸਕੂਲ ਜਾਣਾ ਤੁਹਾਨੂੰ ਪਤਾ ਇਸ ਗੱਲ ਦਾ ਸ਼ੇਰ ਪੁੱਤਰ ਬ੍ਰਸ਼ ਵੀ ਕਰਦੇ ਨੇ ਚਲੋ ਫਿਰ ਜਾਓ ਮੇਰਾ ਬੱਚਾ ਬ੍ਰਸ਼ ਕਰੋ ਚੀਅਰਸ ਇਹ ਕੀ ਹੋਇਆ ਅੱਜ ਫੇਰ ਸਵੇਰੇ ਸਵੇਰੇ ਕੌਣ ਗੱਲ ਪੈ ਗਏ ਜਨਾਬ ਦੇ ਉਹ ਨਹੀਂ ਨਹੀਂ ਇਹ ਤਾਂ ਐਵੇਂ ਹੀ ਬਸ ਕਿਸੇ ਗੈਰ ਜ਼ਿੰਮੇਦਾਰ ਜੇ ਬੰਦੇ ਦੇ ਨਾਲ ਲਵ ਯੂ ਹੋ ਗਿਆ ਸੀ ਸਰਦਾਰ ਸਾਹਿਬ ਦੁਨੀਆ ਨੂੰ ਸੁਧਾਰਨਾ ਕੱਲੀ ਤੁਹਾਡੀ ਜ਼ਿੰਮੇਵਾਰੀ ਥੋੜੀ ਹੈ ਅੱਛਾ ਜੀ ਤਾਂ ਫਿਰ ਮੈਂ ਆਪਣੀ ਜ਼ਿੰਮੇਵਾਰੀ ਦੱਸਾਂ ਕਿ ਮੇਰੀ ਜ਼ਿੰਮੇਵਾਰੀ ਕੀ ਹੈ ਪਾਪਾ ਮੈਂ ਵੀ ਹਾਂ ਜਾ ਮੇਰਾ ਬੱਚਾ ਅੱਜ ਮੈਨੇ ਤੇਰੇ ਟਿਫਿਨ ਵਿੱਚ ਤੇਰੇ ਫੇਵਰੇਟ ਮੂਲੀ ਦੇ ਪਰਾਂਠੇ ਤੇ ਅਚਾਰ ਪਾਇਆ ਹੈ ਥੈਂਕ ਯੂ ਮੰਮਾ ਹਾਂਜੀ ਕਿੱਦਾਂ ਠੀਕ ਹੈ ਪਹੁੰਚੋ ਜੀ ਤੁਹਾਨੂੰ ਬੌਸ ਉਡੀਕ ਰਹੇ ਨੇ ਓਏ ਹੋਏ ਮੇ ਕਮ ਇਨ ਸਰ ਆਓ ਬਰਖੁਰਦਾਰ ਆਓ ਜੀ ਕਰ ਗਿਆ ਆਫਿਸਰ ਸਾਨੂੰ ਫੋਨ ਕਰ ਦਿੰਦੇ ਅਸੀਂ ਫਾਈਲਾਂ ਘਰ ਹੀ ਭੇਜ ਦੇਣੀ ਸੀ ਕਿਉਂ ਤਕਲੀਫ ਕੀਤੀ ਇੱਥੇ ਆਉਣ ਦੀ ਨਹੀਂ ਸਰ ਉਹ ਮੈਂ ਆਪਣੀ ਵਾਈਫ ਨੂੰ ਸਰ ਆਫਿਸ ਛੱਡਣ ਆ ਬਿਕਰਮ ਸਿੰਘ ਤੂੰ ਇੱਕ ਕੰਮ ਕਰ ਤੂੰ ਆਪਦੀ ਘਰ ਨੂੰ ਭੇਜ ਦੇ ਕਰ ਆਫਿਸ ਤੇ ਤੂੰ ਘਰ ਬੈਠ ਕੇ ਪਕਾ ਰੋਟੀ ਆ ਇੱਥੇ ਆ ਕੇ ਤੂੰ ਕੋਈ ਸਾਨ ਨਹੀਂ ਕਰਦਾ ਇਹ ਕੋਈ ਲੰਗਰ ਨਹੀਂ ਲੱਗਿਆ ਹੋਇਆ ਇੰਸ਼ੋਰੈਂਸ ਕੰਪਨੀ ਹੈ ਇੰਸ਼ੋਰੈਂਸ ਕੰਪਨੀ ਤੇਰੇ ਮਾਮੇ ਦੀ ਹੱਟੀ ਨਹੀਂ ਆਈ ਐਮ ਸੌਰੀ ਸਰ ਆਈ ਐਮ ਰੀਅਲੀ ਵੈਰੀ ਸੌਰੀ ਸਰ ਸੌਰੀ ਦਾ ਮਤਲਬ ਸਮਝਦਾ ਤੇ ਮੈਂ ਵੀ ਤੈਨੂੰ ਸੌਰੀ ਕਰਨ ਲਈ ਇੱਕ ਲੈਟਰ ਜਾਰੀ ਕਰਾਂਗਾ ਕਿ ਬਿਕਰਮ ਸਿੰਘ ਜੀ ਤਨਖਾਹ ਤੁਹਾਡੀ ਕੱਟੀ ਗਈ ਹੈ ਤੁਹਾਨੂੰ ਚੱਲੇਗਾ ਚੱਲ ਜਾ ਹੁਣ ਗੈਟ ਲੋਸਟ ਫਰੋਮ ਮਾਈ ਆਫਿਸ ਸੌਰੀ ਸਰ ਹਾਂਜੀ ਹੋ ਗਈ ਗੁੱਡ ਮਾਰਨਿੰਗ ਸੁਣ ਲੈ ਸਵੇਰੇ ਸਵੇਰੇ ਸ਼ਲੋਕ ਦੇਖ ਗਲਤੀ ਮੇਰੀ ਸੀ ਮੈਂ ਲੇਟ ਆਇਆ ਯਾਰ ਬੌਸ ਨੂੰ ਹੱਕ ਸੀ ਬੋਲਣ ਦਾ ਇਹ ਅਲੱਗ ਗੱਲ ਹੈ ਕਿ ਥੋੜ੍ਹਾ ਜ਼ਿਆਦਾ ਬੋਲ ਗਿਆ ਬਟ ਆਈ ਐਡਮਿਟ ਆਈ ਵਾਜ਼ ਐਟ ਫੋਰ ਮਹਾਰਾਜ ਹਰੀਸ਼ ਚੰਦਰ ਜੀ ਸਤਿ ਸ੍ਰੀ ਅਕਾਲ ਤੁਹਾਡੇ ਵਰਗੇ ਵਿਚਾਰ ਹੋਣ ਸਭ ਦੇ ਦੁਨੀਆ ਤੋਂ ਮੋਹ ਮਾਇਆ ਤਾਂ ਸਮਝੋ ਖਤਮ ਹੀ ਹੈ ਉਹ ਮੇਰੇ ਗੁਰੂ ਸੁਣ ਲਿਆ ਤੇਰਾ ਸਿੱਧੂ ਐਫਐਮ ਜਾ ਹੁਣ ਥੋੜਾ ਕੰਮ ਕਰ ਲੈ ਤੇ ਮੈਨੂੰ ਵੀ ਕੰਮ ਕਰਨ ਦੇ ਪਲੀਜ਼ ਲੈ ਲੇਟ ਆਪ ਆਇਆ ਤੇ ਮੈਨੂੰ ਕਹਿ ਰਿਹਾ ਕੰਮ ਕਰ ਲੈ Good morning. Morning. Oh yeah. ਇਹਨੂੰ ਕਹਿੰਦੇ ਆ ਗੁੱਡ ਮਾਰਨਿੰਗ ਫਰ ਫਰਕ ਬੜੇ ਨੇ ਜੈ ਕਣੇ ਨੀ ਤੇਰੇ ਨਾਲ ਹੈਲੋ ਮੈਨੂੰ ਲੱਗਦਾ ਖਾਸੀ ਦੇਰ ਦੀ ਉਡੀਕ ਕਰਦੇ ਹੋ ਹੈ ਕਾਦੀ ਖੜੀ ਆ ਔਨ ਸਾਫ
मैं लेट हो गया थोड़ा जहा रिक्शा मिलने दे विच टाइम लग गया मैनू मैनू ऐ बस दे विच किसी ने तंग नहीं किया जे साले ने किसी ने कुछ कहा तो मैनू पछाण दस हुणे रेल बनाओ आ जिहड़े पिछे बंदर जे खड़े इन्होंने नहीं कुछ कहा दस हैं रीतु कमली होई रही जे भजना है मेनू छड़ के फिर किसी बस दे कंडक्टर जां ड्राइवर नाल क्यों जहाज वाले पायलट नाल भजी ना फिर जो उपर ते लैके जाया करू मेरे नाल थल्ले खड़ा देख तेरे कोल हो जांदी है नहीं देख मैं तेरी गल मानदा भी आपां नूं कट्ठे आउणा चाहीदा है कट्ठे जाणा चाहीदा पर की गल है ना लोक साले शक बहुत जल्दी करदे जे आशिक ते शक हो जाए ना छितर बहुत पैंदे छितरां दा ही डर है बस तेनूं तू जो भी कह मैनूं बड़ा अजीब लगदा रोज पिंड तों अलग लगाओ अलग लग जाओ ते इत्थे आके कट्ठे घूमदे रहो हुण इह च मेरा की कसूर है तेरी मां दा कसूर है मेरा मतलब तेरी मां ने तेरे भाई जिहड़े लंबे लंबे उच्चे उच्चे जम्मे आ जे मैनूं उन्हां ने कुट्टा मेरीआं हट्टियां तसलियां इक कर देणगे फिर लोक की कहणगे छितरां दा ही डर आ ओह छितरां दा डर तां हैगा हुण गुस्सा छड्ड तेरे कड़ी कड़ी फिक बोना मैं नहीं खानी चंडीगढ़ दे केड़ियां लाउने आ पिज़्ज़ा खवावांगे बर्गर खवावांगे सीधा जानी है उनको चल आमरी डार्लिंग चल चलिए यार छे बज गए नहीं यार मेरा हले थोड़ा काम बाकी है मैं आ काम खत्म करके ही जाना अच्छा जी हाँ यार था मेरिया भी है गया ने 5-7 फाइलां वो भी कर दी चल तू भी दे दे वो भी कर दूंगा बस चल चंगा यार मैं चल ओके okay. So 28 divided by 2 अरे तेरे पापा आ गए पापा पापा हाँ जा मेरा सोना पुत्र की गल बाहर क्यों बैठे हो आ लाइट नु क्यों है भाई अपनी लाइट विच कुछ फॉल्ट पै गया अच्छा मैं कॉल किया इलेक्ट्रिसिटी डिपार्टमेंट नु कोई ना कोई आंदा ही होना लाइट चेक करने लई चलो ठीक है ए ता जी कोई लंबा ही काम हो गया हुण तां कल सवेरे ही देखांगे वीरे प्लीज देख लो जी होंदा ता इन्नी गर्मी विच रात कटनी भी औखी है बच्ची दा एग्जाम भी है ना बहुत औखा हो जाएगा प्लीज हाँ जी है ता औखा पर हुण मैं भैण ते भाण जी दा दुख भी नहीं देख सकदा चलो कोशिश करदा मैं भैण जी 200 रुपए लगूगा 200 रुपए किस गल दे बई बिजली ठीक करन दा जी होर का दा ओए ता फर्ज है तेरा तनखाह मिलदी है तेनू सरकारी बंदा तू ਇਹਦਾ ਸਿੱਧੀ ਸਿੱਧੀ ਡਿਊਟੀ ਤੇ ਰਿਸ਼ਵਤ ਮੰਗਣ ਵਾਲੀ ਗੱਲ ਹੋਈ ਉਹ ਕੀ ਗੱਲ ਕਰਦੇ ਹੋ ਜੀ ਇਹ ਤਾਂ ਮੈਂ ਭੈਣ ਜੀ ਉਹਨਾਂ ਦੇ ਕਹਿਣ ਕਰਕੇ ਕਰਨ ਲੱਗੇ ਆ ਨਾਲੇ ਫਿਰ ਥੋੜਾ ਬਹੁਤਾ ਮਾਣ ਤਾਣ ਤਾਂ ਕਰਨਾ ਹੀ ਪੈਂਦਾ ਭਾਈ ਦਾ ਓਏ ਗੱਲ ਸੁਣ ਐਵੇਂ ਬਹੁਤੀ ਰਿਸ਼ਤੇਦਾਰੀ ਪਾਉਣ ਦੀ ਲੋੜ ਨਹੀਂ ਹੈ ਸਿੱਧਾ ਹੋ ਕੇ ਆਪਣੀ ਡਿਊਟੀ ਕਰ ਕਮਾਲ ਹੈ ਮੈਂ ਤੈਨੂੰ ਜੀ ਜੀ ਕਰੀ ਜਾਂਦਾ ਤੇ ਤੂੰ ਸਿਰ ਤੇ ਚੜੀ ਜਾਂਦਾ ਮੈਨੂੰ ਕੀ ਹੈ ਨਹੀਂ ਠੀਕ ਕਰਾਉਣੀ ਨਾ ਕਰਾਓ ਮਰੋ ਗਰਮੀ ਚ ਉਹ ਬਈ ਇਹਨੂੰ ਕੌਣ ਠੀਕ ਕਰੂਗਾ ਹੁਣ मैं तो हूँ कल नू आऊंगा आराम नाल वीर जी प्लीज सुनो तो सही तो चुप कर जीतू एहो जे रिश्वत खोर बंदे नू अपना वीर कहने दी कोई जरूरत नहीं चल पिकू आपा कैंडल लाइट डिनर करांगे ओके कैसा अजीब बंदा बेवकूफ कितों दा हुण मरो सारा घर गर्मी ओ गल सुन तू इस घर की गल कर रहे करने जी चिड़िया कर रहा है इन्हों की लाइट गई हुई है मैं क्या 200 रुपया दो मैं हूं ठीक कर देना वो तो लैक्चर देने लग पाया आख्या मैं रिश्वत मंगदा मंगदा तो मंगदा बी सड़ो सारे गर्मी च और रुकता सही 200 रुपये की गल है ना आ ले आ फड़ 200 रुपया बई अपना ही घर है हूँ इदा कर तू बिजली ठीक कर दे कितने सारी रात गर्मी ची औखे होवे चलो ठीक है जी जिमें तुम ठीक समझो आ हुई ना गल ला जा फिर आ जा मेरे नाल हाय मेरा बच्चा बच्चे तुसी अपने टीचर नु कह दियो कि साडे करे लाइट चली गई सी पापा तुसी जान दियो ना कि टीचर मेनू सजा दूगी ले एदा केदा सजा दे देगा मेरी भांजी नु कोई मामा जी मामा जी ओ पिक्कू आ ला तेरे खड़ोने तू खेड इना नाल जाके मैं हुणे बिजली ठीक कराउंदा ओके मामा जी हां बेटे जा खेड नहीं काम कुम करना
ਇਹ ਮੇਤੋਂ 200 ਰੁਪਏ ਰਿਸ਼ਵਤ ਮੰਗ ਰਿਹਾ ਸੀ। ਉਹ ਟੈਨਸ਼ਨ ਨਾ ਲਓ ਜੀਜਾ ਜੀ, ਮੈਂ ਦੇ ਦਿੱਤੇ ਆ ਪੈਸੇ। ਤੁਸੀਂ ਕਿਉਂ ਪੈਸੇ ਦਿੱਤੇ ਬਈ? ਤੁਹਾਡਾ ਪੈਸੇ ਦੇਣ ਦਾ ਕੀ ਮਤਲਬ? ਜਦੋਂ ਮੈਂ ਰਿਸ਼ਵਤਖੋਰਾਂ ਨੂੰ ਪੈਸੇ ਨਹੀਂ ਦੇਣੇ ਤਾਂ ਮਤਲਬ ਨਹੀਂ ਦੇਣੇ। ਉਹ ਜੀਜਾ ਜੀ, ਐਵੇਂ ਗਰਮ ਨਹੀਂ ਹੋਈਦਾ। ਉਹ 200 ਰੁਪਏ ਕੀ ਹੁੰਦੇ ਨੇ? ਗੱਲ 200 ਰੁਪਏ ਦੀ ਨਹੀਂ ਹੈ, ਗੱਲ ਮੇਰੇ ਅਸੂਲਾਂ ਦੀ ਹੈ। ਦੇਣ ਨੂੰ ਪੈਸੇ ਮੈਂ ਵੀ ਦੇ ਸਕਦਾ, ਪਰ ਕਿਉਂ ਦਈਏ? ਚੱਲ ਬਈ, ਕੱਢ 200 ਰੁਪਏ ਜਿਹੜੇ ਇਹਨਾਂ ਨੇ ਤੈਨੂੰ ਦਿੱਤੇ ਨੇ। ਵਿਕਰਮ, ਤੁਸੀਂ ਇਹ ਕੀ ਕਹਿ ਰਹੇ ਹੋ? ਜੀਤੂ ਚੁੱਪ। ਮੇਰੇ ਘਰ ਵਿੱਚ ਬੇਈਮਾਨਾਂ ਨੂੰ ਪੈਸੇ ਦੇਣ ਦਾ ਕੋਈ ਰਿਵਾਜ ਨਹੀਂ ਹੈ। ਚੱਲ, ਸਵੇਰੇ ਆਪਣੀ ਡਿਊਟੀ ਤੇ ਆਈ। ਵਾਹ ਬਈ ਵਾਹ, ਜੇ ਇਸ ਘਰ ਚ ਕੁੜੀ ਦੇ ਮਾਮੇ ਦੀ ਕੋਈ ਇੱਜ਼ਤ ਨਹੀਂ, ਤੈਨੂੰ ਇੱਥੇ ਕਿਹਨੇ ਪੁੱਛਣਾ? ਚੱਲ ਬਈ ਮਿੱਤਰਾ, ਤੂੰ ਤਾਂ ਨਿਕਲ ਵੈ ਬਹਿ ਕੇ, ਕਿਤੇ ਇਸ ਕ੍ਰਿਕ ਦਾ ਨਜ਼ਲਾ ਤੇਰੇ ਤੇ ਨਾ ਗਿਰਜੇ। ਚੰਗਾ ਫਿਰ, ਮੈਂ ਵੀ ਚੱਲਦਾ। ਵੀਰ ਜੀ, ਡਿਨਰ ਦਾ ਟਾਈਮ ਆ, ਡਿਨਰ ਤਾਂ ਕਰਕੇ ਜਾਓ। ਨਹੀਂ ਭੈਣ, ਮੇਰਾ ਦੋਸਤ ਮੇਰੀ ਇੰਤਜ਼ਾਰ ਕਰ ਰਿਹਾ, ਮੈਂ ਹੁਣ ਚੱਲਦਾ। ਵੀਰ ਜੀ, ਵੀਰ ਜੀ, ਵੀਰ ਜੀ, ਖਾਣਾ ਤਾਂ ਖਾ ਕੇ ਜਾਂਦੇ। ਤੂੰ ਖਾਣਾ ਖਾਣ ਦੀ ਗੱਲ ਕਰ ਰਹੀ ਹੈ ਮੇਰੀ ਭੈਣੇ? ਮੈਨੂੰ ਤੇ ਸ਼ਰਮ ਆਉਂਦੀ ਇਸ ਬੰਦੇ ਨੂੰ ਆਪਣਾ ਜੀਜਾ ਕਹਿਣ ਵਿੱਚ। ਇਸ ਬੰਦੇ ਦੇ ਅਸੂਲਾਂ ਦੀ ਗਰਮੀ ਦੇ ਵਿੱਚ ਮੇਰੀ ਭੈਣੇ ਤੂੰ ਹੀ ਝੁੱਲ ਸਕਦੀ ਹੈ, ਮੈਂ ਨਹੀਂ। ਵੀਰ ਜੀ, ਗੁੱਡ ਮਾਰਨਿੰਗ। ਬਾਈ ਗੋਡ ਯਾਰ ਵਿਕਰਮ ਸਿਆ, ਬੰਦਾ ਕੁੜੀਓ ਹੋਵੇ, ਅਸੜੇ ਜੇ ਬੌਸ ਵਰਗੇ ਤਾਂ ਉਈ ਮਗਰ ਲੱਗੇ ਫਿਰਨ। ਤੂੰ ਕੁੜੀ ਵੀ ਹੋਵੇ ਨਾ, ਤੇਰੇ ਮਗਰ ਤਾਂ ਵੀ ਕਿਸੇ ਨਹੀਂ ਸੀ ਲੱਗਣਾ। ਉਹ ਲੈ ਲੈ, ਤੂੰ ਤਾਂ ਰਹਿਣ ਦੇ, ਉਹ ਤੈਨੂੰ ਤਾਂ ਉਈ ਚਾਹ ਚੜਿਆ ਰਹਿਣਾ ਸੀ। ਹਾਏ, ਐਡੀ ਕੈਮ ਕੁੜੀ ਮੇਰੇ ਨਾਲ ਕਿਊਬੀਕਲ 'ਚ ਬੈਠਦੀ ਹੈ, ਤੂੰ ਤਾਂ ਆਨੇ ਬਹਾਨੇ ਮੇਰੇ ਉੱਥੇ ਚੱਕਰ ਮਾਰੀ ਜਾਣੇ ਸੀ। ਸਿੱਧੂ ਮੈਮ, ਯੇ ਦੇ ਦੋ, ਸਿੱਧੂ ਮੈਮ ਸਟੇਪਲਰ ਦੇ ਦੋ, ਸਿੱਧੂ ਮੈਮ ਪੈਨ ਦੇ ਦੋ, ਸਿੱਧੂ ਮੈਮ ਸੂਟ ਬੜਾ ਸੋਹਣਾ ਪਾਇਆ। ਓਏ, ਤੈਨੂੰ ਚੰਗੀ ਤਰ੍ਹਾਂ ਪਤਾ ਕਿ ਤੂੰ ਮੁੰਡਾ, ਕਿਤੇ ਕੁੜੀ ਤਾਂ ਨਹੀਂ? ਕਾਸ਼ ਮੈਂ ਕੁੜੀ ਹੁੰਦਾ, ਉਹ ਘੱਟੋ ਘੱਟ ਤੇਰੀ ਸਿਫਾਰਿਸ਼ ਤਾਂ ਲਾ ਦਿੰਦਾ ਬੌਸ ਨੂੰ। ਉਹ ਚੱਲ, ਤੂੰ ਰਹਿਣ ਦੇ, ਹੁਣ ਮੈਨੂੰ ਥੋੜਾ ਕੰਮ ਕਰ ਲੈਣ ਦੇ ਯਾਰ, ਤੇਰਾ ਕੁਝ ਨਹੀਂ ਹੋ ਸਕਦਾ। ਹੈਲੋ, ਹਾਂਜੀ ਲਖਵੀਰ ਸਿੰਘ ਜੀ? ਹਾਂਜੀ ਹਾਂਜੀ, ਮੈਂ ਲਾਈਫ ਕੇਅਰ ਇੰਸ਼ੋਰੈਂਸ ਤੋਂ ਬੋਲ ਰਿਹਾ ਜੀ। ਤੁਹਾਡੇ ਪੋਲਟਰੀ ਫਾਰਮ ਦੇ ਕਲੇਮ ਦੀ ਇਨਸਪੈਕਸ਼ਨ ਕਰਨੀ ਸੀ ਜੀ ਅੱਜ, ਮੈਂ ਆ ਸਕਦਾ ਜੀ? ਹਾਂਜੀ ਆ ਜਾਓ, ਮੈਂ ਤਾਜ ਤੁਹਾਡਾ ਇੰਤਜ਼ਾਰ ਕਰ ਰਿਹਾ। ਤਾਜ, ਤਾਜਪੁਰਾ? ਪਰ ਆ ਫਾਈਲ ਦੇ ਵਿੱਚ ਤਾਂ ਮੜੌਲੀ ਪਿੰਡ ਲਿਖਿਆ ਹੋਇਆ ਜੀ। ਉਹ ਜਨਾਬ, ਮੇਰਾ ਮਤਲਬ ਤਾਜ ਹੋਟਲ ਤੋਂ ਹੈ। ਮੈਂ ਤਾਂ ਲੰਚ ਤੇ ਤੁਹਾਡੀ ਵੇਟ ਕਰ ਰਿਹਾ, ਆ ਜਾਓ ਇਕੱਠੇ ਲੰਚ ਕਰਦੇ ਹਾਂ। ਨਹੀਂ ਜੀ, ਲੰਚ ਦੀ ਟੈਨਸ਼ਨ ਤੁਸੀਂ ਨਾ ਲਓ, ਮੈਂ ਆਪਣਾ ਟਿਫਨ ਨਾਲ ਲੈ ਕੇ ਆਇਆ। ਤੁਸੀਂ ਸਾਈਟ ਤੇ ਪਹੁੰਚੋ, ਇੰਸਪੈਕਸ਼ਨ ਉੱਥੇ ਹੀ ਹੋਣੀ ਹੈ। ਦੇਖੋ ਭਾਈ ਸਾਹਿਬ, ਹੁਣ ਇਸ ਵੇਲੇ ਤਾਂ ਨਹੀਂ ਪਹੁੰਚਣਾ ਸਾਡੇ ਤੋਂ ਪਿੰਡ। ਠੀਕ ਹੈ, ਨੋ ਪ੍ਰੋਬਲਮ, ਆਪਾਂ ਕੱਲ ਸਵੇਰ ਦਾ ਪ੍ਰੋਗਰਾਮ ਰੱਖ ਲੈਨੇ ਆ। ਕੱਲ ਸਵੇਰੇ ਤੁਸੀਂ ਸਾਈਟ ਤੇ ਪਹੁੰਚੋ, ਠੀਕ ਹੈ? ਠੀਕ ਹੈ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।
हेलो विक्रम, आज तुहानू पिकू नू स्कूल तो पिक करना पेगा। मैनू स्कूल तो फोन आया सी। अज पेट्रोल दे प्राइसेस बदल करके ऑटो ते बस वालिया दी स्ट्राइक हो गई है। ए की गल बनदी है यार, एदां किद्दां हुण मैं काम छड्ड के पिकू नू लैण चला जावां? विक्रम मैं थोड़ा लेट हो जाना है, नहीं तां मैं ही पिक कर लेंदी। प्लीज प्लीज पिक कर लो ना। देखो तुसी मैनेज कर लो प्लीज। ओए अच्छा चल ठीक है, हुण मैं हाफ डे लेके चला जाना यार। ओके अपने हुण दे दो जवाक, एक मुंडा एक कुड़ी। मुंडे दा नाम होगा चकरी ते कुड़ी दा नाम होगा पमीरी। लोकां नूं चक्करां च पाई रखे करके नाले अपने खानदान नूं अगे वधाउणगे। मेरे नाल दा नहीं वधदा लगदा, किसे होर दे नाल ही वधू। तेरे बापू दा अड़ब सुभा है, खंबे आंगू लंबे उच्चे चौड़े। ओए एक बंदे दा काम नहीं ना गल करना, पूरा पिंड भी नाल जावे ना तां कोई गारंटी नहीं कि मेरियां हड्डियां बचणगियां। बस ठीक है फिर, इन्हां राहां च अपना प्यार रह जाना। नहीं नहीं राहां च तां क्यों, इन्हां राहां च तां आपां ज्यादा बनाउणियां ने, कहानियां बनाउणियां ने, तैनूं आइसक्रीमां छकाउणियां ने। सारा दी मार्केट चलदे आ, मन जा हस पे आ जा। बच्ची नू गड्डी मार के दौड़ जाएगी। चक्को इनू कोई हॉस्पिटल लेके चलो, फिर इत्थे की करदे हो? आओ यार हेल्प करो कोई। सब तमाशबीना दी भीड़ है, जाम लगा के खड़ जांदे। ओ पास से हट ओए। जनाब तुसी देखिया नहीं, डीसी साहब के बच्चे नूं किन्नी सट लगी है, उसे नूं अटेंड करन जा रहे हैं असीं सारे। ओ यार कमाल है, वो तो आप चल के अंदर गया है, इन्नी किन्नी सट लगी है उहदे। इस जवाकड़ी नूं भी तां कोई अटेंड करो जिहड़ी जिंदगी ते मौत नाल लड़ रही है। बस भाई जी बस, बहुत हो गया। आ हॉस्पिटल है तुहाडा, घर नहीं है, इत्थे रौला बिल्कुल नहीं जे पैणा, तुहानूं दस्सां मैं। ते नाले जदों असीं डीसी दे मुंडे नूं अटेंड कर लांगे, उस तों बाद इस बच्ची नूं भी देख लांगे। ओए जे तेरी कुड़ी हुंदी या उस डॉक्टर दी कुड़ी इन्नी ही क्रिटिकल कंडीशन च पई हुंदी तां फिर की करदे? कि फिर भी मेरे अंगू खून च लथपथ ना चार होए, अपने मासूम बच्चे नूं मौत दे मुँह च जांदा होया देखते रहिंदे। आखिर कदों तक एक आम आदमी इन्हां रईसां ते लाल बत्ती वालिआं वास्ते कतार च खड़ा मौत दे मुँह च जांदा रहेगा? जान ते जान हुंदी है यार, चाहे किसी रईस दी या किसी गरीब दी। And listen once and for all, listen once and for all, ये अगर आज इस बच्ची नूं इत्थे कुछ हो गया ना ते कौन जिम्मेवार होएगा? तू तू या तू? तुहानूं सब नूं जवाब देना पएगा। You all gonna pay for this। बच्ची नूं जल्दी ऑपरेशन थिएटर ले चलो।
विक्रम कितने सी तुसी ये क्यों है तुहानू एना को की होया मैनू कुछ नहीं होया ते खून भी मेरा नहीं है एक बच्ची का एक्सीडेंट हो गया सी उसनू हॉस्पिटल लेके गया सी ते पिकू जो 2 घंटे स्कूल के बाहर वेट करती रोंदी रही ये तो भला हो तेजवंत वीर जी का जो स्कूल कलान लंघ रहे सी उन्होंने पिकू नू वेख लिया ते कार ले आए ਤੁਸੀਂ ਘੱਟੋ ਘੱਟ ਮੈਨੂੰ ਇੱਕ ਫੋਨ ਹੀ ਕਰ ਦਿੰਦੇ ਤੁਹਾਡੀ ਆਪਣੀ ਬੱਚੀ ਪ੍ਰਤੀ ਕੋਈ ਰਿਸਪੋਂਸਿਬਿਲਟੀ ਬਣਦੀ ਹੈ ਕਿ ਨਹੀਂ ਉਸ ਬੱਚੀ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ ਯਾਰ ਮੈਂ ਕੀ ਕਰਦਾ ਮੈਨੂੰ ਤਾਂ ਉਸ ਬੱਚੀ 'ਚ ਵੀ ਆਪਣੀ ਪਿੱਕੋ ਹੀ ਨਜ਼ਰ ਆ ਰਹੀ ਸੀ ਇਹ ਤੁਹਾਡੀਆਂ ਮੁਰਗੀਆਂ ਨੂੰ ਹੋਇਆ ਕੀ ਸੀ ਓਏ ਛੱਡੋ ਜਨਾਬ ਪਹਿਲਾਂ ਤਾਂ ਤੁਸੀਂ ਲੰਚ ਨਹੀਂ ਕੀਤਾ ਅਤੇ ਹੁਣ ਆਉਂਦਿਆਂ ਹੀ ਸਾਰੇ ਕੁਐਸਚਨ ਪੁੱਛਣ ਲੱਗ ਗਏ ਹੋ ਉਹ ਬੈਠੋ ਤਾਂ ਸਹੀ ਜੇ ਕੋਈ ਸੇਵਾ ਹੈ ਸਾਡੇ ਲਾਇਕ ਤਾਂ ਦੱਸੋ ਬੈਠਾਂਗੇ ਤਾਂ ਫਿਰ ਕਦੀ ਜੀ ਤੁਸੀਂ ਪਹਿਲਾਂ ਮੁੱਦੇ 'ਤੇ ਆਓ ਕਿ ਤੁਹਾਡੀਆਂ ਮੁਰਗੀਆਂ ਨੂੰ ਆਖਿਰ ਹੋਇਆ ਕੀ ਸੀ ਹੋਣਾ ਕੀ ਹੈ ਜੀ ਉਹ ਬਰਡ ਫਲੂ ਹੋਇਆ ਸੀ ਬਰਡ ਫਲੂ ਫਿਰ ਤਾਂ ਤੁਸੀਂ ਇਹਨਾਂ ਦੀ ਫੋਰੈਂਸਿਕ ਜਾਂਚ ਵੀ ਕਰਾਈ ਹੋਣੀ ਹੈ ਕਰਾਈ ਸੀ ਜੀ ਕਦੋਂ ਆਹੀ ਕੋਈ 1-2 ਹਫ਼ਤੇ ਪਹਿਲਾਂ ਅੱਛਾ ਉਸ ਜਾਂਚ ਦੀ ਰਿਪੋਰਟ ਹੈ ਤੁਹਾਡੇ ਕੋਲ ਅਤੇ ਜਿਹੜਾ ਰਸਤੇ 'ਚ ਟੋਲ ਨਾਕਾ ਆਉਂਦਾ ਉਸ ਦੀ ਸਲਿੱਪ ਵੀ ਕਟਵਾਈ ਹੋਏਗੀ ਉਹ ਵੀ ਦਿਖਾ ਦਿਓ ਪਲੀਜ਼ ਉਹ ਛੱਡੋ ਜਨਾਬ ਬਹੁਤ ਹੋ ਗਿਆ ਮਜ਼ਾਕ ਤੁਸੀਂ ਤਾਂ ਸਾਡਾ ਬਸ ਹੁਣ ਕਲੇਮ ਪਾਸ ਕਰੋ ਕਲੇਮ ਇੱਦਾਂ ਕਰੋ ਜੀ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਇਹਨਾਂ ਪੈਸਿਆਂ ਦੀਆਂ ਤੁਸੀਂ ਕੁਝ ਮੁਰਗੀਆਂ ਖਰੀਦ ਲਓ 100-200 ਤੇ ਆ ਹੀ ਜਾਣਗੀਆਂ ਅਤੇ ਆਪਣਾ ਕਾਰੋਬਾਰ ਦੁਬਾਰਾ ਸ਼ੁਰੂ ਕਰੋ ਦੇਖ ਬਈ ਬਹੁਤ ਹੋ ਗਿਆ ਮਜ਼ਾਕ ਇੱਕ ਕਲੇਮ ਪਾਸ ਕਰਤੇ ਇੱਥੋਂ ਤੁਰਦਾ ਹੋ ਵਿਕਰਮ ਸਿੰਘ ਕਿਸੇ ਦਾ ਵੀ ਕੋਈ 40 ਕਲੇਮ ਪਾਸ ਨਹੀਂ ਕਰਦਾ ਅਤੇ ਤੁਹਾਡਾ ਇਹ ਕਲੇਮ ਪਾਸ ਨਹੀਂ ਹੋ ਸਕਦਾ ਦੇਖ ਬਈ ਕਲੇਮ ਤਾਂ ਤੈਨੂੰ ਪਾਸ ਕਰਨਾ ਹੀ ਪਊ ਫਿਰ ਉਹ ਭਾਵੇਂ ਵਿਕਰਮ ਸਿੰਘ ਕਰੇ ਤੇ ਜਾਂ ਫਿਰ ਸਵਰਗੀਆ ਵਿਕਰਮ ਸਿੰਘ ਤੇ ਜਿੱਥੋਂ ਤੱਕ ਮੈਂ ਤੇਰਾ ਬਾਇਓਡਾਟਾ ਫੋਲਿਆ ਨਾ ਤੇਰੀ ਵਹੁਟੀ ਬੜੀ ਸੋਹਣੀ ਹੈ ਕਿਤੇ ਇੱਦਾਂ ਨਾ ਹੋਵੇ ਕਿ ਵਿਚਾਰੀ ਚਿੱਟੇ ਕੱਪੜੇ ਪਾਈ ਤੇਰਾ ਕਲੇਮ ਲੈਣ ਵਾਸਤੇ ਤੇਰੇ ਹੀ ਆਫਿਸ ਵਿੱਚ ਧੱਕੇ ਖਾਂਦੀ ਫਿਰੇ ਫੜਨੀ ਤੇ ਰੱਖਣੀ ਤੈਨੂੰ ਆਉਂਦੀ ਆ ਤੇ ਚਲਾਉਣੀ ਮੈਨੂੰ ਵੈਸੇ ਵੀ ਸਾਡੇ ਪੇਂਡੂਆਂ ਦੇ ਟਾਨੇ ਬੜੇ ਘੈਂਟ ਹੁੰਦੇ ਆ ਤੇ ਨਾਲੇ ਇੱਕ ਗੱਲ ਹੋਰ ਜ਼ੁਬਾਨ ਤੇ ਗੋਲੀ ਥੋੜ੍ਹੀ ਜਿਹੀ ਵੀ ਫਿਸਲ ਜਾਵੇ ਨਾ ਤਾਂ ਘਾਤਕ ਹੁੰਦੀ ਹੈ ਅੱਜ ਤੋਂ ਬਾਅਦ ਅਗਰ ਮੇਰੀ ਜਨਾਨੀ ਯਾਨੀ ਕਿ ਤੇਰੀ ਭੈਣ ਬਾਰੇ ਸੁਪਨੇ 'ਚ ਵੀ ਇੱਕ ਲਫ਼ਜ਼ ਗਲਤ ਬੋਲਿਆ ਨਾ ਤਾਂ ਤੇਰੇ ਲਾਣੇ ਦੀਆਂ ਸਾਰੀਆਂ ਜਨਾਨੀਆਂ ਨੂੰ ਚਿੱਟੇ ਸੂਟਾਂ 'ਚ ਕਰ ਦੂੰ ਕੱਲ ਸਵੇਰੇ ਆ ਕੇ ਆਪਣਾ ਇਹ ਛੋਂਛਣਾ ਪੁਲਿਸ ਸਟੇਸ਼ਨ 'ਚੋਂ ਲੈ ਜੀ ਰਾਟਾ ਬੜਾ ਹੀ ਪਾਗਲ ਬੰਦਾ ਸੀ ਵਾਹਿਗੁਰੂ ਤੂੰ ਹੀ ਬਚਾ ਲਿਆ ਵਾਹਿਗੁਰੂ ਕੱਲ ਪਿੱਕੂ ਦੇ ਸਕੂਲ ਜਾਣਾ ਤੁਹਾਡੀ ਬੱਚੀ ਬਹੁਤ ਹੁਸ਼ਿਆਰ ਹੈ ਬਹੁਤ ਧਿਆਨ ਦਿੰਦੀ ਹੈ ਪੜ੍ਹਾਈ ਵਿੱਚ ਤੁਸੀਂ ਫੋਰਮ ਭਰੀ ਦਿੱਤੇ ਨੇ ਹਾਂਜੀ ਤੇ ਅਸੀਂ ਤੁਹਾਡੀ ਬੱਚੀ ਨੂੰ ਅਗਲੀ ਕਲਾਸ 'ਚ ਸ਼ਿਫਟ ਕਰ ਦਿੰਦੇ ਹਾਂ ਇਹ ਰਹੇ ਨੇ ਡਿਟੇਲਸ
पर इस विच इह 5000 किस गल दे मेंशन कीते हुए ने जी? देखो जी, कई तरह के खर्चे होंगे ने। इहदे विच बिल्डिंग कंस्ट्रक्शन है, स्पोर्ट्स फंड है, ते नाले कैंटीन चार्जिज ने। प्रिंसीपल साहब, जिथों तक मैं देखिया बिल्डिंग्स तां तुहाडियां सारियां बनिया हुई ने, ते कोई नवी कंस्ट्रक्शन भी हुंदी नज़र नहीं आ रही, ते स्पोर्ट्स दा ग्राउंड तां आप जी दे स्कूल विच कोई है ही नहीं, ते कंटीन च मेरा बच्चा रेगुलरली पे करदा है। देखो जी, पैसे तां तुहानूं देने ही पैणगे। मतलब तुसी नेसेसरी फंड्स दे नाम ते डोनेशन मंग रहे हो? तुसी जो मर्जी समझो, पैसे तां तुहानूं देने ही पैणगे। ठीक है प्रिंसिपल सर, असीं पे कर देंगे। एवें किवें पे कर देंगे बई, धक्का है कोई? मैं कोई मिन्नत नहीं कर रहा तुहाडे अगे, पैसे दियोगे ते एडमिशन होएगी। पैसे मैं दे सकता है, पर मैं क्यों दवा? विद्या विचारी ता परोपकारी, साड़ी गुरबाणी च भी यही लिखी है। पर प्रिंसिपल साहब, मैनू तुहाडियां गल्लां च परोपकार घट ते बिजनेस ज्यादा नजर आ रहा है। देखो जी, हजारां पेरेंट्स तरसदे ने साडे स्कूल च एडमिशन लैण लई, ते तुसी 5000 रुपये पिछे मेरे नाल बहस कर रहे हो? जे इन्नी गल है ते तुसी अपने बच्चे नूं सरकारी स्कूल च पढ़ा लो। सर, तुसी टेंशन ना लो, असी पे करांगे। जीतू, एक मिनट, ते सरकारी स्कूलां च की माड़ी गल है? एंड फॉर योर काइंड इनफॉर्मेशन प्रिंसिपल साहब, जे तुसी रिकॉर्ड्स चेक करो ते ज्यादातर IAS IPS ऑफिसर्स सरकारी स्कूलां ने दित्ते ने, ते एक इंटेलीजेंट बच्चा इंटेलीजेंट ही रहिंदा चाहे जिथे मर्जी पढ़े। ठीक है, फिर अपनी बच्ची नूं सरकारी स्कूल च पढ़ाओ। मैं अपने स्कूल विचों इसका ना कर देना, तुसी जा सकते हो। चल पिकू, एना बेईमान लोगों को पढ़ के बेटा तू भी बेईमान हो जाएगी। विक्रम, चल जीतू। विक्रम सर, एक मिनट। बेटा चंगे फ्रेंड्स तेनू कितने भी मिल जाएंगे, मेरी बच्ची इस स्कूल च नहीं पढ़ेगी, मैं तेनू चंगे स्कूल च पढ़ाऊंगा। मम्मा, मेरे फ्रेंड्स। फ्रेंड्स? तेरे पापा है ना? ना तेरा कोई फ्रेंड रहना, ना ही रिश्तेदार। जीतू, तू ऐदा क्यों बोल रही है यार? वो बच्ची है, उन्हें नहीं समझ आती। बच्ची नू समझ नहीं आती या फिर तुहानू समझ नहीं आ रही या फिर मैं ही पागल हाँ? इन्ना हाइपर क्यों हो रही है यार? तेनू पता कि बंदा बहुत नाजायज पैसे मंग रहा सी। उन्हें 5000 ही मंगे सी ना, केड़ी उन्हें दुनिया तो बाहरली शय मंग ली? सारे पेरेंट्स पैसे देंदे ने विक्रम, पर बस तुसी ही नहीं दे सकते। जीतू, गल 5000 दी नहीं, यू नो आई कैन ईजीली अफोर्ड इट, गल मेरे असूलां दी है। हाँ हाँ हाँ, गल तो सरदार विक्रम सिंह दे असूलां दी है, तुसी अपने असूल नहीं ना तोड़ सकते। जीतू, तू इस वक्त बहुत गुस्से च, आपां इस बारे कल गल करांगे। कल गल नहीं करांगे, अज करांगे, हुण ही करांगे। हर वारी मैं अपने आप नूं रोक लेनी आ, पर कदों तक, कदों तक तुहाडे असूलां दे असूल मैनू ते मेरी बच्ची नूं चुपते रहणगे? जीतू, तू इस तरह क्यों गल कर रही है? तेनू पिकू दे स्कूल दी ही फिक्र है ना, आपां पिकू लई कोई होर स्कूल लभ लांगे। ते जे उन्हां ने भी पैसे मंगे, फिर दूजा स्कूल लभोगे, फिर तीजा, फिर चौथा। इत्थे सारे पैसे मंगदे ने विक्रम, कोई भी दुध दा तोता नहीं आ। जीतू देख, मैं शुरू तो ही इदां दा आ, मैं कोई नवी गल तां नहीं कीती, तेनू विआह तो पहला भी मेरे नेचर दा चंगी तरह पता सी। मैनू पता तुहाडी नेचर दा, ते मैं अडजस्ट कर रही हां ना, पर मेरी बच्ची दा की कसूर? देखो विक्रम, एक गल तुसी पल्ले बन्नो, थोड़े असूला दी पेट मैं अपनी बच्ची दियां खुशियां नहीं चढ़न देंगी। चल पिको, तेरी सोन दा टाइम हो गया। जीतू, चल। जीतू, जीतू, चल सो जा।
ਬੰਦਾ ਮੈਨੂੰ ਧਮਕਾ ਰਿਹਾ ਸੀ ਪਿਸਤਲ ਦਿਖਾ ਕੇ ਉਹ ਮੇਰੀ ਗੈਰਤ ਨੂੰ ਰਲਕਾਰ ਰਿਹਾ ਸੀ ਯਾਰ ਮਤਲਬ ਕੱਲ ਨੂੰ ਕੋਈ ਤੁਹਾਡੇ ਚਪੇੜ ਮਾਰੇਗਾ ਤਾਂ ਤੁਸੀਂ ਉਹਦਾ ਸਿਰ ਪਾੜੋਗੇ ਹੁਣ ਗੁੰਡਾਗਰਦੀ ਕਰੋਗੇ ਤੁਸੀਂ ਇਹ ਕਿੱਦਾਂ ਦੇ ਉਸੂਲ ਨੇ ਇਹ ਕਸਰ ਰਹਿ ਗਈ ਸੀ ਤੇ ਜੇ ਕਿਸੇ ਦਿਨ ਮੈਂ ਤੁਹਾਡੇ ਅਸੂਲਾਂ ਵਿੱਚ ਆ ਗਈ ਤਾਂ ਤੁਸੀਂ ਮੈਨੂੰ ਵੀ ਮਾਰ ਦਿਓਗੇ ਤੁਸੀਂ ਚਾਹੁੰਦੇ ਕੀ ਹੋ ਬਿਕਰਮ ਕਰਮਜੀਤ ਤੂੰ ਬਹੁਤ ਗੱਲ ਸਮਝ ਰਹੀ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਮੈਂ ਬਿਲਕੁਲ ਸਹੀ ਸਮਝ ਰਹੀ ਹਾਂ ਤੁਹਾਡਾ ਜਨੂਨ ਵੱਧਦਾ ਜਾ ਰਿਹਾ ਹੈ ਅੱਜ ਤੁਸੀਂ ਇਹ ਰਿਵੋਲਵਰ ਕਰ ਲਿਆ ਹੋ ਕੱਲ ਨੂੰ ਪਤਾ ਨਹੀਂ ਕੀ ਕਰੋਗੇ ਮੈਨੂੰ ਅੱਜ ਸਮਝ ਆਈ ਹੈ ਗੱਲ ਤੁਹਾਡੇ ਅਸੂਲਾਂ ਦੀ ਨਹੀਂ ਹੈ ਗੱਲ ਤੁਹਾਡੇ ਈਗੋ ਦੀ ਹੈ ਤੁਹਾਡੇ ਅਹੰਕਾਰ ਦੀ ਹੈ ਉਹਦੇ ਮਤਲਬ ਲਈ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਹਾਨੂੰ ਸਾਡੀ ਕੋਈ ਫਿਕਰ ਨਹੀਂ ਅਸੀਂ ਜੀਏ ਜਾਂ ਮਰੀਏ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਬਈ ਇੰਨੀ ਛੋਟੀ ਜਿਹੀ ਗੱਲ ਪਿੱਛੇ ਕਿਵੇਂ ਛੱਡ ਕੇ ਜਾ ਸਕਦੀ ਹੈ ਤੂੰ ਮੈਨੂੰ ਤੇਰੀ ਲੋੜ ਹੈ ਜੀਤੂ ਤੈਨੂੰ ਪਤਾ ਮੈਂ ਨਹੀਂ ਰਹਿ ਸਕਦਾ ਤੇਰੇ ਬਿਨਾਂ ਆਈ ਨੀਡ ਯੂ ਐਂਡ ਯੂ ਨੋ ਦੈਟ ਆਈ ਲਵ ਯੂ ਮੈਨੂੰ ਤਾਂ ਪਤਾ ਹੈ ਮੇਰਾ ਤੇਰੇ ਬਿਨਾਂ ਕੋਈ ਨਹੀਂ ਹੈ ਮੈਂ ਤੇਰੇ ਬਿਨਾਂ ਨਹੀਂ ਰਹਿ ਪਾਊਂਗਾ ਜੀਤੂ ਚੱਲ ਪਿੱਕੂ ਇਹ ਪਿੱਕੂ ਨੂੰ ਕਿੱਥੇ ਲੈ ਕੇ ਜਾ ਰਹੀ ਹੈ ਯਾਰ ਜੀਤੂ ਦੁਨੀਆ ਮੈਨੂੰ ਮੇਰੇ ਅਸੂਲਾਂ ਨੂੰ ਨਹੀਂ ਸਮਝਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਤੇਥੋਂ ਹੀ ਤਾਂ ਇੱਕ ਉਮੀਦ ਹੈ ਜੀਤੂ ਤੇਥੋਂ ਹੀ ਤਾਂ ਇੱਕ ਆਖਰੀ ਉਮੀਦ ਹੈ ਤੂੰ ਮੈਨੂੰ ਐਡੀ ਵੱਡੀ ਸਜ਼ਾ ਨਹੀਂ ਦੇ ਸਕਦੀ ਸਜ਼ਾ ਸਜ਼ਾ ਤਾਂ ਮੈਂ ਭੁਗਤ ਰਹੀ ਹਾਂ ਹੁਣ ਤਾਂ ਮੈਨੂੰ ਆਪਣੀ ਬੱਚੀ ਵੀ ਤੁਹਾਡੇ ਕੋਲ ਸੇਫ ਨਹੀਂ ਲੱਗਦੀ And one more thing, Sardar Bikram Singh. You must accept and start living with the fact that you are a heartless and selfish person. Chal Pikku. Aao ji, aao. Please. Claim pass ਕਰਨ ਲਈ ਤੁਹਾਡਾ ਸ਼ੁਕਰੀਆ ਜੀ ਇਟਸ ਮਾਈ ਪਲੇਅਰ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਹਾਊ ਆਰ ਯੂ ਆਈ ਐਮ ਫਾਈਨ ਟੇਕ ਯੂਅਰ ਸੀਟ ਥੈਂਕ ਯੂ ਸਰ ਥੈਂਕ ਯੂ ਮੈਡਮ ਤੁਸੀਂ ਨਹੀਂ ਬੋਲੋਗੇ ਸਰ ਤੁਹਾਨੂੰ ਝਿੜਕਣਗੇ ਝਿੜਕੋ ਇਹਨੂੰ ਕਿਉਂ ਝਿੜਕਦੇ ਕਿਉਂ ਨਹੀਂ ਕਹੋ ਇਹਨੂੰ ਕਿ ਆਪਣੀ ਮਾਂ ਨੂੰ ਭੇਜ ਦਿਆ ਕਰ ਆਫਿਸ ਇਹਨੂੰ ਵੀ ਕਹੋ ਕਿ ਇੱਥੇ ਕੋਈ ਲੰਗਰ ਨਹੀਂ ਲੱਗਿਆ ਹੋਇਆ ਇਹਨੂੰ ਵੀ ਕਹੋ ਕਿ ਇੰਸ਼ੋਰੈਂਸ ਕੰਪਨੀ ਹੈ ਯਾਦ ਕਰਵਾਓ ਇਸਨੂੰ ਬੋਲੋ ਸਰ ਬੋਲਦੇ ਕਿਉਂ ਨਹੀਂ ਕੀ ਹੋਇਆ ਅੱਛਾ 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 ਇਹ ਕੁੜੀ ਹੈ ਤਾਂ ਕਰਕੇ ਇਹ ਸੋਹਣੀ ਹੈ ਇਹ ਗੋਰੀ ਹੈ ਤਾਂ ਕਰਕੇ ਤੁਹਾਡਾ ਦਿਲ ਧੜਕਦੇ ਇਹਨੂੰ ਦੇਖ ਕੇ ਨੀਅਤ ਖਰਾਬ ਹੋ ਗਈ ਹੈ ਤੁਹਾਡੀ ਕੀ ਹੋ ਗਏ ਹੋ ਤੁਸੀਂ ਤੁਹਾਡੀ ਤਾਂ ਆਪ ਦੀ ਘਰ ਵਾਲੀ ਵੀ ਆ
फिर भी इस ते डुलदे हो क्यों? ए लेट आ रही है, ए नहीं समझदी। तुसी एनु कुछ कहंदे नहीं, तुसी नहीं समझदे। मेरी घरवाली मैनु छड्ड के चली गई, ओ नहीं समझदी। आखिर हो की रहा है? ओ विक्रम सिंह, तू थोड़ा ठंडा हो। ठंडा की ठंडा होवा मैं? ओ पोल्ट्री फार्म वाला अपना जाली क्लेम पास करवा के ले गया। इस कुड़ी दी नरमी ते तुहाडी जेब दी गर्मी ने तुहाडा दिमाग खराब करके रख्या होया। भुल गए तुसी अपने फर्ज नु? मैं नहीं मानता तुहानू अपना बॉस। बॉस बस तू ओ लेके जा इस नु बाहर, थोड़ा ठंडा हो जा। ठंडी यार चल यार, इस मच की हो गया। चल अपन चल दे, चल चल छाड़ दे यार। इन गल्लां नूं ना सीरियसली नहीं लईदा हुंदा। तू अपना मूड ठीक रख ते बैठ इत्थे, बैठ। की होया की है विक्रम? इन्ने गुस्से च तां मैं तैनूं कदी नहीं देखिया। कदे भाभी नाल लड़ाई होई है तेरी? कदे छड्ड के भी गई है तैनूं? लै ओ तां मिंट लांदी है जान नूं। फिर वापस आ जांदी है। विक्रम की होया तेनु? कल तेरी पापी छड़ के चली गई यार, कहंदी कि मेरे कोल उहदा दम घुटदा। यार इहदे च टेंशन वाली केड़ी गल है यार, उप्पर तां पार्टी करांगे। बस इन्नी जी गल पिछे तू इन्ना भड़किया होया सी? मैं क्या पता नहीं की हो गया। अच्छा यार ट्राई दित्ता सी। हां भाई दो ठंडे ले आई यार, बंदा ठंडा करना आपा। ओ काके दो ठंडियां बोतलां कट के दे। जिद्दां वो छड़ के गई आ, मैनू नहीं लगता कि वो वापस आएगी। 10 सालां दे साथ नू खेड़ समझ के चली गई यार। मैनू कहंदी क्या मैं सेल्फिश एंड हार्टलेस पर्सन। की मेरे असूल सचमुच इन्ने कौड़े ने? नहीं नहीं ऐसी गल तो नहीं, पर कई बार तू भी कुछ ज्यादा ही कर जाना विक्रम। तू भी थोड़ा रिलैक्स रह करना यार, तू सारे दा ठेका थोड़ी लिया होया। नहीं यार जे असी नहीं इस बारे सोचांगे तो और कौन सोचू। चल छाड़ यार, जिवें सिस्टम चल रहा है एनू चलन देना। लो पाजी दो ठंडे बिल्कुल चिल्ड। हाँ भी किन्ने पैसे हो गए जी? 30 रुपये है। ठीक है जी। वो एक मिनट, अब बोतल उते दा 12 रुपए लिखिया, तू 15 रुपए का दे ले रहे? 3 रुपए एक्स्ट्रा क्यों जी? साडी कैंटीन दा रेट तो 15 रुपए ही है। ओए एदा किवें? एदे उते दा 12 रुपए इंक्लूसिव ऑफ ऑल टैक्सेस लिखिया, तू 3 रुपए एक्स्ट्रा केड़ी गल दे ले रहे भाई? जी मेरे लाल ने तो 15 रुपए किया है। काटो 6 रुपए वापस। पाजी कैंटीन दा रेट तो 15 रुपए ही है जी। तू चलो बोतल रख जा। की मतलब अभी जा जी। पाजी बोतल ठंडी भी तो कीती है, ठंडा करन दे भी पैसे लगदे ने। ओए एदा सरासर धक्का होया, 3 रुपए एक्स्ट्रा का दे, बकाया मोड़ एदा। ओ हेलो भाई सूट बूट साहब सिर दी गल कर। ओ पहला जे तेनू धक्का लगदा तां ना पींदा। हैं पहला पी ली हुण पैसे देण लग्या नखरे करदा तू। चल छड्ड यार, फिर की हो गया? मैं दे तां दित्ते पैसे। ओए नहीं यार क्यों, तेरे पैसे हराम दे आ, बकाया मोड़ा एदा। ए तां शरेआम ग्राहकां नू लुट्टण वाली गल होई। ओ भाई एवीं फोकी हवा करी जाना तू। हैं 6 रुपए पिछे चिक चिक करी जाना। ओ जे नहीं आना हुंदा तां ना आया करो। ओ तुहाडे चिट्टे कॉलर वालेयां दा आही रौला है। ओ छोटे कड्डो इनू बाहर, बाहर कड्ड इनू कंडीन चो। पब्लिक तू दफा हो यार, आ की मतलब है? ओ पल्ले तेरा तेला नहीं तू पिया मेला देखण।
हक दी कमाई है दोस्त, सांभ के रख। मोटरसाइकिल गलत जगह पार्क किया ना ते तेल बाकी फूक दो। ਹੋਣ ਦੇ ਬਾਵਜੂਦ ਟ੍ਰੈਫਿਕ ਜਾਮ ਕਿਉਂ ਲਾਇਆ ਹੋਇਆ? ਲੋਕਾਂ ਨੂੰ ਜਾਣ ਕਿਉਂ ਨਹੀਂ ਦੇ ਰਹੇ ਤੁਸੀਂ? ਉਹ ਭਾਈ ਸਾਹਿਬ, ਇੱਥੋਂ ਮਿਨਿਸਟਰ ਸਾਹਿਬ ਦੀ ਗੱਡੀ ਨੇ ਲੰਘਣਾ ਹੈ। ਉਹ ਗੱਡੀ ਲੰਘੂ ਤਾਂ ਹੀ ਟ੍ਰੈਫਿਕ ਜਾਊ। ਕੀ ਇੱਕ ਮਿਨਿਸਟਰ ਕਰਕੇ? ਇਹ ਕਿੱਥੋਂ ਦੀ ਕਾਮਨ ਸੈਂਸ ਹੈ? ਉਸ ਐਂਬੂਲੈਂਸ ਦੇ ਵਿੱਚ ਕਿਸੇ ਮਰੀਜ਼ ਦੀ ਜਾਨ ਜਾਰੀ ਹੋ ਸਕਦੀ ਹੈ, ਘੱਟੋ ਘੱਟ ਉਸ ਨੂੰ ਤੇ ਜਾਣ ਦਿਓ। ਉਹ ਭਾਈ ਸਾਹਿਬ ਠੰਡ ਰੱਖੋ, ਮਿਨਿਸਟਰ ਸਾਹਿਬ ਦਾ ਰੈਲੀ ਤੇ ਜਾਣਾ ਬਹੁਤ ਜ਼ਰੂਰੀ ਹੈ। ਕੀ ਇੱਕ ਮਿਨਿਸਟਰ ਦਾ ਰੈਲੀ ਤੇ ਪਹੁੰਚਣਾ ਜ਼ਿਆਦਾ ਜ਼ਰੂਰੀ ਹੈ ਜਾਂ ਉਸ ਬੰਦੇ ਦਾ ਹਸਪਤਾਲ? ਜੇ ਤੁਸੀਂ ਇੱਥੇ ਖੜ ਕੇ ਇੱਦਾਂ ਟ੍ਰੈਫਿਕ ਜਾਮ ਲਾਉਣੇ ਨੇ ਤਾਂ ਫਿਰ ਲਾਈਟਾਂ ਕਿਉਂ ਲਾ ਕੇ ਰੱਖੀਆਂ ਨੇ? ਤੋੜ ਕਿਉਂ ਨਹੀਂ ਦਿੰਦੇ ਇਹਨਾਂ ਨੂੰ? ਉਹ ਜਿੱਥੇ ਇੰਨੀ ਜਨਤਾ ਖੜੀ ਤੇ ਇੱਥੋਂ ਨਹੀਂ ਖੜ ਹੁੰਦਾ ਚੁੱਪ ਕਰਕੇ? ਆ ਗਿਆ ਵੱਡਾ, ਲਾਈਟਾਂ ਤੋੜਾਂਗਾ, ਤੋੜ ਕੇ ਦਿਖਾ ਜਰਾ। ਤੇਰੇ ਨਾਲ ਪੈਗੀ ਯਾਰੀ, ਉਹ ਪੰਜ ਭਾਈ ਇੱਕ ਬੈਠਿਆ ਪਿੰਡ ਦੇ ਵਿਹਲੇ। ਵੇਖੀ ਭਾਜੀ, ਆਪਾਂ ਇਹਨਾਂ ਤੇ ਹਵਾ ਕਰਦੇ ਆ। ਚਲੋ ਆਪਾਂ ਤਾਂ ਕਹਿੰਦੇ ਗੱਲ ਨੀ ਕਰਦੇ, ਆਪਾਂ ਤਾਂ ਹੁੰਦਾ ਵੀ ਇਧਰੋਂ ਸੁਣੀ ਇਧਰ ਕਰਤੀ। ਹੈ ਲੈ, ਕਿਵੇਂ ਆ ਵਿਹਲੇ ਹੋ? ਕੀ ਹਾਲ ਚਾਲ ਆ? ਵਾਹ ਵੀ ਰਾਂਝਿਆ, ਕੀ ਹਾਲ ਆ? ਬਹੁਤ ਵਧੀਆ। ਤੂੰ ਤਾਂ ਬੜਾ ਬਿਜ਼ੀ ਆ ਹੈ, ਜਿਹੜਾ ਸਾਨੂੰ ਵਿਹਲਾ ਕਹਿੰਦੇ ਆ। ਤੁਹਾਨੂੰ ਨੀ ਪਤਾ ਮੈਂ ਤਾਂ ਬਾਲਾ ਜ਼ਿਆਦਾ ਬਿਜ਼ੀ ਆ ਸ਼ਹਿਰ ਦੇ ਵਿੱਚ। ਉਹ ਚੱਲ ਨਹੀਂ ਪੁੱਛਦੇ। ਨਹੀਂ ਤਾਂ ਪੁੱਛ ਲਓ, ਪੁੱਛਣ ਦੇ ਵਿੱਚ ਤਾਂ ਕੋਈ ਹਰਜ ਨਹੀਂ। ਵਿੱਕੀ, ਤੇਰੇ ਤੇ ਹਵਾ ਕਰਦੇ ਆ ਛਾ ਜਾਵੇ ਇਹਨਾਂ ਤੇ। ਕੱਲ ਏਦਾਂ ਬਈ, ਤੁਹਾਨੂੰ ਪਤਾ ਤਾਂ ਹੈ ਹੀ ਹੈ ਵੀ ਸਾਡਾ ਖਾਨਦਾਨ ਹੈ ਭਲਵਾਨਾਂ ਦਾ। ਸੋ ਮੈਂ ਹੁਣ ਸਕੀਮ ਬਣਾਈ ਹੈ ਵੀ ਵਿੱਕੀ ਸਿਆ ਐਂ ਕਰ ਵੀ ਭਲਵਾਨਾਂ ਲਈ ਖਾੜਾ ਖੋਲਦੇ ਸ਼ਹਿਰ ਦੇ ਵਿੱਚ। ਖਾੜਾ? ਹੁਣ ਤੂੰ ਖਾੜਾ ਖੋਲੇਗਾ? ਉਹ ਵਾਹਿਗੁਰੂ ਭਲੀ ਕਰੀ, ਬਸ ਆਹੀ ਦਿਨ ਰਹਿੰਦਾ ਸੀ ਇੱਕ ਦੁਨੀਆ ਤੇ ਦੇਖਣ ਨੂੰ। ਓ ਹੈਲੋ ਜਵਾਨ ਥੱਲੇ, ਜਵਾਨ ਥੱਲੇ, ਸੀਰੀਅਸ ਲੈ ਲਓ ਮੈਨੂੰ। ਤੁਹਾਨੂੰ ਦੱਸਾਂ, ਮੈਂ ਮੇਰੇ ਵਰਗਾ ਭਲਵਾਨ ਲੱਭਣਾ ਨਹੀਂ ਕਿਤੇ। ਸਹੀ ਕਿਹਾ ਬਈ, ਉਹ ਤੇਰੇ ਡੀਲ ਡੋਲ ਤੇ ਕੱਦ ਕੱਢਦਾ ਭਲਵਾਨ ਲੱਭਣਾ ਔਖਾ ਹੀ ਆ ਬਈ। ਚੁੱਪ ਓਏ, ਕਿਵੇਂ ਦੰਦੀਆਂ ਕੱਟੀਆਂ ਨੇ ਮੂਰਖੋ? ਜਿੰਨਾ ਮੈਂ ਧਰਤੀ ਦੇ ਉੱਤੇ ਆ ਨਾ, ਉਦੋਂ ਤਿੰਨ ਗੁਣਾ ਧਰਤੀ ਦੇ ਥੱਲੇ ਆ। ਜਿੱਦੇ ਮੈਂ ਆਪਣੀ ਆਈ ਤੇ ਆਇਆ ਨਾ,
ਸਾਰਿਆਂ ਨੂੰ ਐਂ ਕਰਕੇ ਮੂਹਰੇ ਲਾ ਲੂੰ। ਜਿਹੜੇ ਪਿੰਡ ਦੇ ਵੱਡੇ ਬੈਲੀ ਬਣੇ ਫਿਰਦੇ ਨਾ, ਸਾਰਿਆਂ ਦੀ ਮੈਂ 2 ਮਿੰਟ ਦੇ ਵਿੱਚ ਖੰਭ ਠੱਪ ਕੇ ਰੱਖ ਦੇਣੀ ਹੈ। ਇਹ ਤਾਂ ਮੈਂ ਲਿਹਾਜ਼ ਕਰੀ ਜਾਂਦਾ ਵੀ ਵਿੱਕੀ ਸਿੰਘ ਛੱਡ ਕਾਹਨੂੰ ਗੁੱਸਾ ਕਰਨਾ ਪਿੰਡ ਦੇ ਬੰਦੇ ਹੈ ਨਾ, ਤੁਰੀਦ ਦੇ ਭਰਾਵਾਂ ਤੋਂ ਵੀ ਨਹੀਂ ਡਰਦਾ। ਓਏ ਉਹ ਸਾਡਾ ਫੈਮਿਲੀ ਮੈਟਰ ਆ, ਉਹਦੇ 'ਚ ਨਹੀਂ ਬੋਲਣਾ ਤੈਨੂੰ ਦੱਸਾਂ ਮੈਂ। ਫੈਮਿਲੀ ਮੈਟਰ ਓਏ ਤੁਸੀਂ ਕੀ ਜਾਣੋ ਭਲਵਾਨੀ ਤੇ ਇਸ਼ਕ ਦੇ ਦਾਅ ਪੇਚ? ਇਹ ਤਾਂ ਸਾਡੇ ਵਰਗੇ ਹੋਣ ਹਰ ਬੰਦੇ ਹੀ ਜਾਣਦੇ ਆ। ਤੁਸੀਂ ਤਾਂ ਸਾਲਿਓ ਇਕੱਲੇ ਬਹਿ ਕੇ ਵਿਹਲੀਆਂ ਗੱਲਾਂ ਤੇ ਜਕੜ ਛੱਡਣ ਜੋ ਗਈਆਂ। ਹੈ ਦੇਖ ਲੂੰਗਾ ਤੁਹਾਨੂੰ। ਹੈਲੋ ਹੈਲੋ ਵਿਕਰਮ, ਵਿਕਰਮ ਤੁਸੀਂ ਹੋ? ਵਿਕਰਮ, ਅੱਜ ਦਾ ਅਖਬਾਰ ਪੜ੍ਹਿਆ? ਪੜ੍ਹਿਆ, ਕਿਉਂ, ਕੋਈ ਖਾਸ ਗੱਲ? ਖਾਸ ਗੱਲ ਹੈ ਤਾਂ ਸਹੀ, ਤੁਹਾਨੂੰ ਨਹੀਂ ਮਿਲੀ? ਨਹੀਂ। ਫਿਰ ਧਿਆਨ ਨਾਲ ਪੜ੍ਹੋ। ਤੁਸੀਂ ਨਾਂ ਨਹੀਂ ਲਿਖਿਆ ਇਸ ਬੰਦੇ ਦਾ? ਇਹੋ ਜਿਹੇ ਬੰਦੇ ਦਾ ਨਾਮ ਲੋਕ ਰੱਖਦੇ ਹੁੰਦੇ ਆ। ਰਿਪੋਰਟਰ ਸਾਹਿਬ, ਕਦੋਂ ਤੱਕ ਲੁਕੋਗੇ ਇਸ ਬੰਦੇ ਦਾ ਨਾਮ? ਅੱਜ ਸ਼ਾਮ ਤੱਕ ਇਸੇ ਬੰਦੇ ਦੀਆਂ ਤੁਹਾਨੂੰ 2-3 ਖਬਰਾਂ ਹੋਰ ਮਿਲ ਜਾਣਗੀਆਂ। ਸਭ ਬੱਚਿਆਂ ਦੀ ਡੋਨੇਸ਼ਨ ਆ ਜਾਣੀ ਚਾਹੀਦੀ ਹੈ। ਓਕੇ ਜੀ। ਇਹ ਕੀ ਹੈ? ਮੈਂ ਤੈਨੂੰ ਪਾਣੀ ਲਿਆਉਣ ਵਾਸਤੇ ਕਿਹਾ ਸੀ, ਕੀ ਗੱਲ ਹੈ? ਵਟਸ ਯੋਰ ਪ੍ਰੋਬਲਮ? ਮੈਂ ਕੋਈ ਆਪਣੀ ਬੱਚੀ ਦੀ ਐਡਮਿਸ਼ਨ ਕਰਾਉਣ ਲਈ ਨਹੀਂ ਆਇਆ ਪ੍ਰਿੰਸੀਪਲ ਸਾਹਿਬ, ਰਿਪੋਰਟ ਕਾਰਡ ਬਣਾਉਣ ਲਈ ਆਇਆ। ਇਹ ਕੀ ਬਦਤਮੀਜ਼ੀ ਹੈ? ਹਾਊ ਡੇਅਰ ਯੂ ਕਮ ਇਨਸਾਈਡ, ਗੈਟ ਆਊਟ। ਇਸ ਉਮਰ 'ਚ ਹੱਡੀਆਂ ਨੂੰ ਇੰਨਾ ਕਸ਼ਟ ਨਹੀਂ ਦੇਈਦਾ ਪ੍ਰਿੰਸੀਪਲ ਸਾਹਿਬ, ਬੜੀ ਛੇਤੀ ਟੁੱਟ ਜਾਂਦੀਆਂ ਨੇ। ਕਹੋ ਇਹਨੂੰ ਕਿ ਉਹਨਾਂ ਸਾਰੇ ਬੱਚਿਆਂ ਦੀ ਲਿਸਟ ਕੱਢੇ ਜਿਨ੍ਹਾਂ ਤੋਂ ਤੁਸੀਂ ਅੱਜ ਤੱਕ ਇਲੀਗਲ ਡੋਨੇਸ਼ਨਸ ਲਿੱਤੀਆਂ ਨੇ। ਸਭ ਬੱਚਿਆਂ ਦੇ ਪੇਰੈਂਟਸ ਨੂੰ ਮੇਲ ਪਵਾਓ ਕਿ ਅੱਜ ਤੋਂ ਬਾਅਦ ਕਿਸੇ ਵੀ ਬੱਚੇ ਤੋਂ ਇੱਕ ਵੀ ਪੈਸਾ ਫਾਲਤੂ ਚਾਰਜ ਨਹੀਂ ਕੀਤਾ ਜਾਏਗਾ, ਅਤੇ ਇਸ ਮੇਲ ਦਾ ਇੱਕ ਪ੍ਰਿੰਟ ਆਊਟ ਕੱਲ੍ਹ ਸਵੇਰੇ ਨੋਟਿਸ ਬੋਰਡ 'ਤੇ ਲੱਗ ਜਾਣਾ ਚਾਹੀਦਾ। ਅੱਜ ਤੋਂ ਬਾਅਦ ਪਰਉਪਕਾਰ ਛੱਡ ਕੇ ਵਿਦਿਆ ਨੂੰ ਕਾਲਾ ਕਾਰੋਬਾਰ ਬਣਾ ਕੇ ਡੋਨੇਸ਼ਨਸ ਦੇ ਨਾਮ 'ਤੇ ਕਿਸੇ ਵੀ ਬੱਚੇ ਤੋਂ ਇੱਕ ਵੀ ਫਾਲਤੂ ਪੈਸਾ ਲਿਆ ਨਾ, ਤਾਂ ਇਹਦੀ ਫੋਟੋ 'ਤੇ ਹਾਰ ਪਿਆ ਦੇਖੂੰਗੇ। ਤੂੰ ਪਹਿਲਾਂ ਹੀ ਲੈ ਲਿਆ ਸੀ, ਪੋਲਟਰੀ ਫਾਰਮ ਤੇਰਾ ਮੈਂ ਪੰਨਤਾ, ਹਿਸਾਬ ਬਰਾਬਰ। ਸਤਿ ਸ੍ਰੀ ਅਕਾਲ ਇੰਸਪੈਕਟਰ ਸਾਹਿਬ, ਮੈਂ ਹਾਂ ਵਿਕਰਮ ਸਿੰਘ, ਅਤੇ ਮੈਂ ਗੌਰਮੈਂਟ ਅਤੇ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕੀਤਾ। ਤੁਸੀਂ ਮੈਨੂੰ ਧਾਰਾ 320 ਅਤੇ 425 ਅਧੀਨ ਅਰੈਸਟ ਕਰੋ ਅਤੇ ਅੰਦਰ ਕਰੋ। ਮੈਂ ਪੂਰੇ ਹੋਸ਼ੋ ਹਵਾਸ 'ਚ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰਦਾ। ਘਣਾ ਵਰਕ ਆਫ ਆਰਟ ਹੈ ਬਾਈ, ਹੈਂ? ਅਬ ਤੂੰ ਮੁਝੇ ਬਤਾਓਗਾ ਕਿ ਥਾਣਾ ਕਿਉਂ ਕਰ ਚੱਲ ਹੈ? ਉਹ ਜਾ ਬਈ ਜਾ, ਆਪਣੇ ਘਰ ਜਾ, ਹੈਂ ਜਾ ਕਰ। ਇੱਕ ਮੁਜਰਮ ਦਾ ਘਰ ਤਾਂ ਜੇਲ੍ਹ ਹੁੰਦਾ, ਹੁਣ ਤੁਸੀਂ ਮੈਨੂੰ ਅਰੈਸਟ ਕਰੋ, ਨਹੀਂ ਤਾਂ ਓਬਸਟ੍ਰਕਸ਼ਨ ਆਫ ਜਸਟਿਸ ਦੇ ਤਹਿਤ ਤੁਸੀਂ ਵੀ ਮੇਰੇ ਜੁਰਮ ਦੇ ਵਿੱਚ ਬਰਾਬਰ ਦੇ ਭਾਗੀਦਾਰ ਹੋਵੋਗੇ ਅਤੇ ਤੁਹਾਨੂੰ ਵੀ ਸਸਪੈਂਡ ਕੀਤਾ ਜਾ ਸਕਦਾ। ਓ ਬਾਈ, ਉਹ ਕੋਈ ਫਿਲਮ ਫਿਲਮ ਤਾਂ ਨਾ ਬਣਾਉਣ ਲੱਗ ਰਿਹਾ, ਪਤਾ ਚੱਲਿਆ ਕਿ ਸਲੇ ਸਿੰਘ ਕਾ ਵੀ ਸਟਿੰਗ ਓਪਰੇਸ਼ਨ ਹੋ ਗਿਆ। ਵਿਕਰਮ ਸਿੰਘ ਇਕੱਲਾ ਆਇਆ ਅਤੇ ਇਕੱਲੇ ਨੇ ਹੀ ਇਹ ਜੁਰਮ ਕੀਤਾ, ਤੁਸੀਂ ਮੈਨੂੰ ਲੋਕਅਪ ਸਿੱਟੋ, ਨਹੀਂ ਤਾਂ ਮਜਬੂਰਨ ਮੈਨੂੰ ਪ੍ਰੈਸ ਕੋਲ ਜਾਣਾ ਪਏਗਾ। ਅਰੇ ਬਾਈ ਬਾਵਲੀ ਬੂਚ ਕਰ ਲਓ ਬਾਈ, ਉਲਟੀ ਗੰਗਾ ਬਹਿਣੇ ਲੱਗ ਰਹੀ, ਆਓ ਕਰ ਲਓ ਸਾਲਣੇ ਬੰਦ, ਖੜਾ ਖੜਾ ਮਾਰਾ ਦਿਮਾਗ ਚਾਟਣੇ ਹੋ ਰਿਹਾ, ਜਾਓ ਬਈ ਜਾਓ, ਕਰ ਲਓ ਆਪਣਾ ਮਨ ਹੈਪੀ। ਅੜਿਆ ਹਾਂਜੀ, ਇਤਨੇ ਕੇਸ ਪੜੇ ਹੈ? ਹਾਂਜੀ ਹਾਂਜੀ, ਦਾਲ ਦੇ ਸਾਲੇ ਨੇ ਕਿਸੇ ਨੇ। ਠੀਕ ਹੈ ਜਨਾਬ, ਦੇਖ ਲੈਂਗੇ। ਅੱਛਾ ਹੀ ਹੋ ਗਿਆ ਬਾਈ।
ਪਿਟਾਰਾ ਦੀ ਬਲੌਕਬਸਟਰ ਮੂਵੀਜ਼ ਤੇ ਮਜ਼ੇਦਾਰ ਸ਼ੋਜ਼ ਨੂੰ ਆਪਣੇ ਮੋਬਾਈਲ ਤੇ ਕਦੇ ਵੀ ਇੰਜੋਏ ਕਰਨ ਲਈ ਡਾਊਨਲੋਡ ਕਰੋ ਪਿਟਾਰਾ ਟੀਵੀ ਐਪ। ਖੜਾ ਜ਼ਬਰਦਸਤ ਨੱਚੇ ਸ਼ਰੀਰ। ਬਹੁਤ ਜ਼ੋਰਦਾਰ ਠੁਮਕੇ ਲੱਗਣ ਲੱਗ ਰਹੇ। ਕਿਉਂ ਕਰਨ ਲੱਗ ਰਿਹਾ? ਕੋਈ ਫੋਨ ਤਾਂ ਚੱਕੋ। ਰੌਲਾ ਨਾ ਪਾ, ਕੋਈ ਫੋਨ ਤਾਂ ਚੱਕੋ। ਕੋਈ ਜ਼ਰੂਰੀ ਕਾਲ ਵੀ ਹੋ ਸਕਦੀ ਹੈ। ਕਦੋਂ ਦਾ ਵੱਜੀ ਜਾ ਰਿਹਾ? ਲੈ ਚਾਕ ਲਿਆ। ਲੈ ਠਰ ਵੀ ਲਿਆ। ਅਵੇ ਟੀਵੀ ਦੇਖਣੇ ਦੇ, ਜ਼ਿਆਦਾ ਕਚਰ ਕਚਰ ਮੱਕ ਕਰ, ਸਾਰਾ ਮੂਡ ਖਰਾਬ ਕਰ ਦਿਆ ਸਾਲੇ ਨੇ। ਓਏ ਨੱਚਣ ਟੱਪਣ ਲਈ ਵਰਦੀ ਪਾਈ ਹੈ, ਥਾਣੇ ਦਾ ਡਾਂਸ ਬਾਹਰ ਬਣਾ ਕੇ ਰੱਖਿਆ ਹੋਇਆ, ਇੰਨਾ ਹੀ ਸ਼ੌਂਕ ਹੈ ਤਾਂ ਘੁੰਗਰੂ ਪਾ ਲੈ ਇੰਸਪੈਕਟਰਾ। ਕਾਨੂੰਨ ਦੇ ਰਖਵਾਲੇ ਕਾਨੂੰਨ ਦਾ ਮਜ਼ਾਕ ਉਡਾ ਰਹੇ ਨੇ ਸਾਲੇ ਬੇਸ਼ਰਮ। ਥਾਣੇ ਦਾਰੂ ਪੀ ਰਹੇ ਹੋ? ਨਾ ਮਰਦ ਹੋ ਗਏ ਹੋ ਤੁਸੀਂ, ਨਾ ਮਰਦ ਸਾਲੇ ਖਾਕੀ ਚੂਹੇ। ਅਬੇ ਐਕਸ਼ਨ ਹੀਰੋ, ਬੜੀ ਲੰਬੀ ਜ਼ਬਾਨ ਆ ਰਹੇ ਥਾਰੀ। ਅਬੇ ਤੂੰ ਮੇਰਾ ਬਾਪ ਹੈ ਕਿਆ? ਥਾਰੇ ਜ਼ਿਲ੍ਹੇ ਸਿੰਘ ਬਤਾਏਗਾ ਥਾਰੀ ਔਕਾਤ। ਟਾਂਗ ਸੜਨ ਦੇ ਅੰਦਰ, ਟਾਂਗ ਟਾਂਗ ਸੜਨ ਦੇ। ਕਿਆ ਰੇ, ਮਾਰੇ ਬਿਨਾ ਦਾਵਤ ਬੈਠਣ ਲੱਗ ਰੇ? ਅਰੇ ਜ਼ਰਾ ਮੁਖੜਾ ਤੋ ਦਿਖਾਈਏ। ਹਾਂ ਬਈ, ਕੈਸਾ ਲੱਗ ਰਿਹਾ? ਅਰੇ ਜ਼ਿਲ੍ਹੇ ਸਿੰਘ ਐਸੇ ਹੀ ਨਾ ਗਾ ਡੈਪੂਟੇਸ਼ਨ ਪੇ। ਅਬੇ ਤੋ ਟ੍ਰੇਲਰ ਚੱਲਿਆ ਮੂਵੀ ਤੋ ਤਣੇ ਦਿਖਾਣੀ ਆ ਮਣੇ। ਸਬਸੇ ਪਹਿਲੇ ਮੈਂ ਤਣੇ ਦਿਖਾਊਂਗਾ ਰੋਮਾਂਟਿਕ ਨੰਬਰ। ਬੰਨੇ ਹੋਏ ਦਾ ਕੀ ਮਾਰਨਾ ਇੰਸਪੈਕਟਰਾ, ਇੱਕ ਵਾਰੀ ਹੱਥ ਖੋਲ ਫਿਰ ਪਾਉਂ ਤੇਰੀ ਫਿਲਮ ਚ ਅਸਲੀ ਐਕਸ਼ਨ ਤੇ ਕੋਈ ਲੱਫੜ ਨਾਲ ਤੇਰੀਆਂ ਆਉਣ ਵਾਲੀਆਂ ਸੱਤ ਪੁਸ਼ਤਾਂ ਦੇ ਮੂੰਹ ਤੇ ਨਿਸ਼ਾਨ ਨਾ ਛਾਪ ਦਵਾਂ ਤੇ ਮੇਰਾ ਨਾਮ ਵਿਕਰਮ ਸਿੰਘ ਨਹੀਂ। ਘਣਾ ਸਨੀ ਦਿਓਲ ਆ ਗਿਆ ਭਾਈ, ਡਾਇਲੋਗ ਤਾਂ ਘਣੇ ਅੱਛੇ ਬੋਲ ਰਿਹਾ ਹੈ। ਪਰ ਉਹ ਥਾਣਾ ਭਾਈ ਇਹ ਤੋਂ ਮਾਰੀ ਚੱਲੇਗੀ। ਬੋਲਣਾ ਮਰਦ ਆਪਣਾ ਥਾਰੀ ਚ ਬਣ ਚੱਲ, ਆਪਣਾ ਬੋਲਿਆ ਤੂੰ। ਅਰੇ ਕੱਲ ਜਿਮ ਜਾਣ ਕੀ ਜ਼ਰੂਰਤ ਨਾ ਪੜੇਗੀ ਭਾਈ, ਘਣੀ ਐਕਸਰਸਾਈਜ਼ ਹੋ ਗਈ। ਇੰਸਪੈਕਟਰਾ ਕੁੱਟ ਲੈ ਜਿੰਨਾ ਕੁੱਟਣਾ, ਸ਼ੇਰ ਬੰਨ ਕੇ ਕੁੱਟਣ ਦਾ ਮੌਕਾ ਬਾਰ ਬਾਰ ਨਹੀਂ ਮਿਲਣਾ। ਕਰ ਲੈ ਚਾ ਪੂਰੇ, ਫਿਰ ਵਿਹਲਾ ਹੱਥ ਨਹੀਂ ਆਉਣਾ ਤੇਰੇ। ਪੰਡਿਤ ਜੀ ਭਵਿੱਖਬਾਣੀ ਕਰਨ ਲੱਗ ਰਹੇ ਕਿਆ? ਭਵਿੱਖਬਾਣੀ ਹੀ ਸਮਝ ਲੈ, ਅੱਜ ਦੀ ਰਾਤ ਵਿਕਰਮ ਸਿੰਘ ਦੀ ਆਖਰੀ ਰਾਤ ਹੈ। ਅੱਜ ਰਾਤ ਵਿਕਰਮ ਸਿੰਘ ਮਰ ਜਾਏਗਾ। ਜੇ ਸਰੀਰ ਬਾਕੀ ਰਹਿ ਗਿਆ ਤੇ ਯਾਦ ਰੱਖੀ ਇੱਕ ਵਾਹ ਰੋਲਾ ਪੈਦਾ ਹੋਏਗਾ ਜਿਹੜਾ ਤੁਹਾਡੇ ਵਰਗਿਆਂ ਦੀਆਂ ਜੜਾਂ ਹਿਲਾ ਕੇ ਰੱਖ ਦੇਗਾ। ਗਲਤ ਹਾਥੋਂ ਮੈਂ ਫਸ ਗਿਆ, ਤੂੰ ਜਲੇ ਸਿੰਘ ਸੇ ਪੰਗਾ ਲੈ ਲਿਆ। ਫੇਂਕ ਦਿਓ ਸਾਰੇ ਨੇ। ਅਕਾਲ ਪੁਰਖ,
तेरी इस खोखली ते दोगली दुनिया दे विच पिस पिस के थक गया मैं। थक गया मैं रबा, झूठे असूलां दी डुग डुगी वजा के आम आदमी नु सिस्टम नचाई जा रहा है, नचाई जा रहा है। कोई नियम, कोई कानून ते कोई इंसाफ नहीं। मैं जमीर ते अणख किरवी रख के है चिल्लती जिंदगी और नहीं जी सकता। I dismiss your world। मैं विक्रम सिंह बहुत जोरावर सिंह उम्र 35 साल पिंड सोहाली अपनी सोच अपने आदर्श ते अपने असूल इस चिता विच पसंद करदा। सखा सब तज गए को न निभ्यो साथ कहो नानक रे बिपद में देख एक रघुनाथ। अफसोस आखिर इस करप्ट सिस्टम ने असूल पसंद विक्रम सिंह के असूलों का ये रहमी ना गला घुटी दिता। ओ की होया भाई? पुछो ना, सजा हुई है एमएलए दे मुंडे नू फ्रॉड केस च। हुण एमएलए दे गुंडे तक्की नाल बाजार बंद करा रहे ने। की कर रहे हैं? एक भी दुकान बंद नहीं होएगी। तेनू पता नहीं साडे एमएलए दे मुंडे नू पुलिस चक के लेगी फ्रॉड दे केस च। रुक, तेनू हुणे दसदा। एमएलए नेता जे आप मरन तां बाजार बंद, जे इन्हां दा कोई कुत्ता पिल्ला मर जे ता बाजार बंद, जे फड़े जा ता बाजार बंद, जे इन्हां चो किसी नूं सजा हो जाए ता बाजार बंद। इंडिया चो करोड़ां रुपए करप्शन ते कमा के जो कारोबार इन्हां दे बाहरले मुल्कां चलदे ने, की कदी ओह बंद होए? नहीं। फिर एक आम आदमी जो सवेर तो शाम तक भज नच करके अपने बच्चों लई रोजी रोटी का इंतजाम करता है, ओह अपनी दुकान बंद क्यों करे? कोई दुकान बंद नहीं होएगी, कोई दुकान बंद नहीं होएगी। अपना बिक्र भाई है। हो गई शुरुआत, खुल गए हाथ। एक आम आदमी जदों नित दे हो रहे शोषण की पट्टी च तुखदा होया वाव रोला बनता है, तां फिर बड़े बड़े दरख्त भी जड़ों पट्टे जांदे ने। तुसी तां क्राइम रिपोर्टर हो, तुहानू तां इन्हां दे कच्चे चिट्ठियां बारे चंगी तरह पता होना है। हाँ, एसडीएम अपॉइंटमेंट की लोड़ नहीं पैंदी। पर हटाए
की बदतमीजी है। बदतमीजी तो उदो पता लगू जदों किसी दिन तरबूज वांगू मैं तेरा सिर खिला दूं। गार्ड्स, 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 गार्ड्स। मैनू हाथ ला के एवं ना कि अपने जवाकों कीड़िया का बंदोबस्त कर लियो क्योंकि इस कंबखते तो कीड़े पैने ही आ। ओए, तेनू पता है तू किदे उत्ते उंगली चुक रहे? मैनू चंगी तरह पता है, चंगी तरह एक सिरे दे क्रप ते जमीर वे चुके सो कॉल्ड अफसर ते मैं उंगली चक रहा। तेरे वर्गे टके टके ते विकन वाले अफसर इस सीट दे लायक नहीं। जुबान संभाल की गल कर। तू अपनी जबान संभालो। तेरे वर्गे छोले दे के पास होए अफसर चाली वसीयत बना के जूंदे बंदियां नू मरिया दस के उन्हां दा हक हड़प्पण ते लगे हुए आ। ते ऐवें ना होवे के कोई सिर फिरा तेरी बुड़पड़ी दे विच डिशक्या करके तेनू रिटायरमेंट तो पहले रिटायर कर दे। नाले एक गल होर, अज तो बाद जद जद कोई किसी गरीब मासूम ते लाचार दी इज्जत ते तावा बोलेगा फिर बिकर दी जुबान नहीं सिर्फ 15 किलो दा पावा बोलेगा। माफिया के कब्जे तो छुड़ाई जमीन दवाइया की दुकान की आड़ विच होण वाले नशियां दे धंधे का पर्दाफाश नकली दुध बनाण वालियां नूं फड़िया सिस्टम ने हिला के रख देता इस शख्स ने। आम आदमी दे हका दी लड़ाई लड़न वाला आखिर यह शख्स है कौन? सब यह जानना चाहते हैं कि थोड़े ही समय विच बच्चियां दा सुपर हीरो ते आम आदमी दी अखा दा तारा बन जान वाला यह शख्स आखिर है कौन? आइए जानते हैं राय आम आदमी। हाँ जी, थोड़े की विचार। रब दा बंदा है जी, रब दा बंदा। साडे लई तां मसीहा है जी, मसीहा। आई थिंक ही इज अ चैलेंज टू द करंट सिस्टम। ही इज अ रियल यूथ आइकन। हाय हाय, अपने लिए तो सब लड़ते हैं। असली मर्द वो है जो औरों का भी सोचे। वही है हमारे लिए देसी रॉबिन हुड। अल्टीमेट बंदा ही साडा पावे वाला भाई। रियल इंडियन। मैं जानता जी इनू, पित्तर भाई है अपना, बड़ा कैम बंदा जी। पहला भी सुत्ते पे पुलिस वाले नूं जगाउंदा हुंदा सी। आड़ी है जी अपना, रोज तो अपनी रेड़ी ते सवेरे चाह पी के जांदा हुंदा। ता आखिरकार सानू पता लग ही गया इस शख्स दा नाम। इस शख्स दा नाम है बिकर भाई। रख दिता लोगों ने तेरा नाम। आओ असि यंगस्टर्स नू पुछते हैं कि बिकर भाई बारे उन्हों का की ख्याल है। तुसी बिकर भाई बारे की सोचते हो? सेंटी बंदा है जी। ओ नहीं ओए, पूरा मेंटल है जी, मेंटल।
अजी सेंटी है, अजी मेंटल है जी। अरे छोड़ो ना सभी, वो तो हमारे दिल का राजा जानी है। वो सीधे जाके पुलिस वाले नु फड़ रहा है ते अफसरां ते भी हाथ पा रहा है। मेंटल है जी मेंटल। दोवें गल्लां ने जी, मेंटल भी ते सेंटी भी। बिकर भाई सेंटीमेंटल। शर्याम तजिया उड़ा के रखती पुलिस डिपार्टमेंट दिया संबंधे ने ते तुहाडी हुण तक इस केस च 1% भी आउटकम नहीं। सर सब तो वड़ी प्रॉब्लम ए है कि लोग उसनु पसंद कर रहे ने, कोई भी दसन नु तैयार नहीं कि बंदा है कौन। सर फेसबुक ते उपर ता ओदा फैन क्लब बन गया है, 2.5 लाख तो उपर लाइकिंग है ओदी, इन्नी फॉलोइंग है। हले कल ही मेरी वाइफ ने मेरे अकाउंट चो ओनु लाइक किया है। काफी इंटरेस्टिंग है, वो बंदा है कि थे नहीं पता, पर ये पता है कि ओदी फेसबुक लाइकिंग कितनी है। असल गल ए है सर, सारा मीडिया ओनु बहुत प्रमोट कर रहा है, ओनू कानून तोड़न वाला नहीं, ओनू मसीहा बना के पेश किया जा रहा है। इनफैक्ट जे असी ओनू गिरफ्तार भी करते हैं, सारी हीट सारा गुस्सा सड़ते निकलना है। सर सर नाउ व्हाट शुड वी डू सर। चूड़ियां पालो चूड़ियां, टेप रिकॉर्ड ऑन करके गाना सुनो। चुंदरी के पीछे क्या है, चुंदरी के पीछे, और नचो। डीसीपी साहब, मैं तुहानू इत्थे मेरा मुजरा देखने वास्ते नहीं बुलाया। 2 महीने बाद इलेक्शन आ रही है, जे मैं ना रहा मैं तुहानू भी किसी नू नहीं रहन देना। आई गल समझ? यस सर। ए बंदा पागल है पागल, और ऐसे पागल को गिरफ्तार करने वास्ते मैनू किसी पागल बंदे की लोड़ है जेड़ा ओदी तरह सोच सके। एक कुड़ी रिपोर्ट लिखाउन आई, मैं रिपोर्ट की लिखनी है, मैं पंचनामा ही करता। सर सर की हो रहा है? Why is this man drunk on duty? You are a superior officer, तेनु पता होना चाहिए कि तेरे बंदे की कर रहे ने। इधर सस्पेंशन लेटर टाइप कर और उधर साइन मैं करांगा। जे टाइप करना नहीं आंदा ना तो तेरा सस्पेंशन ऑर्डर मैं टाइप कर दियांगा, समझिया? नहीं नहीं सर, मैं कर देंगे। ब्लडी फूल्स। दस नहीं सकता, ओदी बदली हो गई इत्थे। आओ हेलो, ओ एसीपी गुरबाज सिंह, साडा सब दा चाचा इत्थे आ गया। ओए छेती कर छेती कर, एसीपी गुरबाज सिंह दी बदली इत्थे हो गई है। ओ गरीब दास जल्दी चुक। जी जनाब। ओ यार की रेल बनाई इस बंदे ने शहर च? दस अखबार च लिखया भाई हुण इह पावे नाल कुटदा सारिआं नूं, हैं बड़े बड़े अफसर भी रिश्वत लैणों हट गए इहदे करके। बिकर भाई कहिंदे ने इहनूं। पर बंदा है कौन इह नहीं पता लगदा किसे नूं बई, ना तां इहदी फोटो छपदी अखबार च, बस ना ही चलदा बिकर भाई। Oui.
ਕਿਤੇ ਇਹ ਬਿੱਕਰ ਬਾਈ ਤਾਂ ਨਹੀਂ? ਬਿੱਕੀ ਬਿੱਕਰ ਉਹ ਥੋਡੀ ਉਹ ਪੱਕਾ ਇਹੀ ਆ। ਉਹ ਯਾਰ ਇੱਕ ਦਿਨ ਕਹਿੰਦਾ ਵੀ ਸੀ ਕਿ ਬੰਦਾ ਬੜਾ ਭੈੜਾ ਮੈਂ, ਉਹ ਉਤੋਂ ਇਹਨਾਂ ਦਾ ਟੱਬਰ ਵੀ ਭਲਵਾਨਾਂ ਦਾ। ਓਏ ਮੈਨੂੰ ਤਾਂ ਇਹੀ ਲੱਗਦਾ ਬਿੱਕਰ ਬਾਈ, ਦੇਖ ਲਾ ਨਿੱਕਾ ਜਿਹਾ ਕਿੰਨਾ ਤਿੱਖਾ ਨਿਕਲਿਆ। ਯਾਰ ਅੱਜ ਚੱਕਰ ਕੀ ਹੈ, ਕਿਸੇ ਨੇ ਟੀਚਰ ਟੁਚਰੀ ਨਹੀਂ ਕੀਤੀ? ਵੇਖੀ ਵੀਰ ਡੋਂਟ ਮਾਇੰਡ, ਇੱਕ ਦਿਨ ਬੇਇੱਜ਼ਤੀ ਤੋਂ ਬਚ ਗਏ। ਓ ਬੇਬੇ ਕਿੱਥੇ ਹੈ? ਆ ਗਈ ਪੁੱਤ। ਆ ਜਾ ਆ ਜਾ, ਤੇਰੇ ਕਦੇ ਕਦੇ ਦਰਸ਼ਨ ਹੁੰਦੇ ਮਾਤਾ ਰਾਣੀ ਵਾਂਗੂ, ਪੈਰੀ ਪੈਣਾ। ਉਹ ਮਰ ਜਾਣੇ ਆ, ਤੜਕੇ ਤਾਂ ਤੂੰ ਮਿਲ ਕੇ ਗਿਆ, ਕਦੇ ਸਿੱਧੀ ਗੱਲ ਵੀ ਕਰ ਲਿਆ ਕਰ। ਉਹ ਸਿੱਧੀ ਗੱਲ ਮਾਤਾ ਇਹ ਹੈ ਵੀ ਅੱਜ ਆਪਣਾ ਕੰਮ ਬਣਿਆ ਨਹੀਂ। ਕੱਲ ਨੂੰ ਜਾਊਂਗਾ ਸ਼ਹਿਰ, ਮੇਸਤਰੀ ਕੋਲੇ ਫੇਰ ਲੈ ਕੇ ਜਾਊਂਗਾ ਬਾਬਾ। ਹਾਂ ਨਾ 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 ਪੁੱਤ, ਮੈਂ ਖਬਰਾਂ 'ਚ ਸੁਣਿਆ ਹੈਗਾ ਕੋਈ ਆ ਪਾਵੇ ਵਾਲੇ ਬਿੱਕਰ ਨੂੰ ਪੁਲਿਸ ਲੱਭਦੀ ਫਿਰਦੀ ਆ। ਏਦਾਂ ਨਾ ਹੋਏ ਤੇ ਉਹਦੇ ਵਿੱਚ ਮੰਜਿਆ ਜਾਏ। ਹੱਥ ਮੂੰਹ ਧੋ, ਮੈਂ ਰੋਟੀ ਲਾਉਂਦੀ ਆ, ਰੋਟੀ ਖਾ ਲਾ। ਕਿਸੇ ਬਿੱਕਰ ਪਾਵੇ ਵਾਲੇ ਨੂੰ ਪੁਲਿਸ ਲੱਭਦੀ ਫਿਰਦੀ ਆ, ਹੈ ਮਤਲਬ ਪਾਵੇ ਕਰਕੇ ਅੱਜ ਮੈਨੂੰ ਟੀਚਰ ਨਹੀਂ ਕੀਤੀ? ਯਾਰ ਵੇਖੀ ਬਿੱਕਰ, ਵੇਖੀ ਬਿੱਕਰ ਰਾਸ਼ੀ ਸੇਵ ਹੈ ਬਿੱਕਰ ਵੀਰ, ਮਿਲਕੀ ਪੱਕੀ ਪਕਾਈ ਖੀਰ। ਵਿੱਕੀ ਵੀਰ ਜਿਹੜੇ ਤੈਨੂੰ ਕਰਦੇ ਨਾ ਟੀਚਰ, ਉਹਨਾਂ ਲਈ ਬਣ ਜਾ ਭਾਈ ਬਿੱਕਰ। ਸਾਹਿਬ ਸਾਹਿਬ, ਤੁਹਾਨੂੰ ਕੋਈ ਮਿਲਣ ਆਇਆ। ਕੌਣ ਹੈ? ਪਤਾ ਨਹੀਂ ਜੀ, ਕਹਿੰਦਾ ਤੁਹਾਨੂੰ ਮਿਲਣਾ ਹੈ। ਠੀਕ ਹੈ, ਭੇਜਦੇ ਅੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਦੱਸੋ ਕੀ ਗੱਲ ਹੈ? ਮੇਰਾ ਤਾਰੁਫ ਵੈਸੇ ਤਾਂ ਕੁਝ ਖਾਸ ਮਾਇਨੇ ਨਹੀਂ ਰੱਖਦਾ। ਸਮਝ ਲਓ ਕਿ ਸ਼ਹਿਰ ਦਾ ਇੱਕ ਆਮ ਆਦਮੀ, ਆਪ ਵਰਗੇ ਨਿਡਰ ਨਿਤੜਕ ਵਰਦੀ ਦੇ ਵਫਾਦਾਰ ਅਫਸਰ ਨੂੰ ਜੀ ਆਇਆਂ ਕਹਿਣ ਲਈ ਆਇਆ, ਪਰ ਅਫਸੋਸ ਕਿ ਤੁਸੀਂ ਆਉਣ ਵਿੱਚ ਕੁਝ ਦੇਰ ਕਰ ਦਿੱਤੀ। ਨਹੀਂ ਤਾਂ ਇੱਕ ਬੇਕਸੂਰ ਆਦਮੀ ਕਦੀ ਬਿੱਕਰ ਨਹੀਂ ਸੀ ਬਣਦਾ। ਸੱਚੀ ਗੱਲ ਤਾਂ ਇਹ ਹੈ ਕਿ ਬਿੱਕਰ ਵੀ ਉਹੀ ਕਰ ਰਿਹਾ ਜੋ ਤੁਸੀਂ ਕਰ ਰਹੇ ਹੋ। ਫਰਕ ਸਿਰਫ ਇੰਨਾ ਹੈ, ਤੁਹਾਡੇ ਕੋਲ ਸਰਕਾਰ ਦੀ ਦਿੱਤੀ ਵਰਦੀ ਹੈ ਤੇ ਬਿੱਕਰ ਕੋਲ ਉਸਦਾ ਪਾਵਾ। ਅੱਛਾ ਜੀ, ਸਤਿ ਸ੍ਰੀ ਅਕਾਲ ਬਿੱਕਰ। ਮੇਰਾ ਮਤਲਬ ਤੇਰੀਆਂ ਗੱਲਾਂ ਤੋਂ ਲੱਗ ਰਿਹਾ ਕਿ ਤੂੰ ਬਿੱਕਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਬਿੱਕਰ ਦਾ ਜੋਗਰਾਫੀਆ ਤਾਂ ਮੈਂ ਪੜ੍ਹ ਹੀ ਲਵਾਂਗਾ। ਜੇ ਇਹ ਗੱਲਾਂ ਸੱਚੀਆਂ ਨਿਕਲੀਆਂ ਤਾਂ ਇਹ ACP ਤੇ ਇਹਦੀ ਵਰਦੀ ਬਿੱਕਰ ਦੀ ਸਭ ਤੋਂ ਵੱਡੀ ਹਿਮਾਇਤੀ ਹੋਏਗੀ। ਪਰ ਬਿਲਕੁਲ ਠੀਕ ਹੈ ACP ਸਾਹਿਬ, ਤੁਸੀਂ ਕਰੋ ਆਪਣੀ ਜਾਂਚ ਪੜਤਾਲ। ਜੇ ਬਿੱਕਰ ਦੇ ਵਿਰੁੱਧ ਤੁਹਾਨੂੰ ਇੱਕ ਵੀ ਸਬੂਤ ਮਿਲਿਆ ਤਾਂ ਤੁਹਾਨੂੰ ਬਿੱਕਰ ਨੂੰ ਲੱਭਣ ਦੀ ਜ਼ਰੂਰਤ ਨਹੀਂ ਪਏਗੀ। ਬਿੱਕਰ ਖੁਦ ਚੱਲ ਕੇ ਤੁਹਾਡੇ ਕੋਲ ਆਏਗਾ। ਚੰਗਾ ਜੀ, ਸਤਿ ਸ੍ਰੀ ਅਕਾਲ। ਸਿਆਸਤ ਦੀ ਨਗਰੀ ਚ ਆਉਣ 'ਤੇ ਸ਼ੁਭ ਇਸ਼ਾਵਾਂ। Thank you.
मैनू पता कि तू मेरी आवाज सुन रही है, पता मैनू, मैं तेनू अज भी मैं तेनू उन्ना ही प्यार करता जिन्ना कल करता सी। मैनू पता कि पिकू दे नाल नाल तू भी मैनू उन्ना ही मिस करती है, पर मेरी पिकू नाल गल ना कराई, मैं कमजोर पै जूंगा, मैं कमजोर पै जूंगा। रो ना कमलिए, रो ना, अज भी करती चाबी फुट मैट दे थले पई होंदी है। मेरा नाम है बिकर भाई, मैं चलन नहीं देनी हराम दी कमाई। गल सुनो लाला, की लुट मचाई ओए, हरेक चीज दे भाव चक रखे। मालको मेनू मगरों महंगा समान मिलता, मैं की करा। मैं दसदा की करना तू, मूंगी दा की भाव है सेठा? 100 रुपये किलो। गलत जवाब। चा कोई मूंगी दी बोरी। की कर रहे हो? ए साडी हो गई लाला, चुप। सेठा, आटे का की भाव है? 30 रुपये किलो। फिर गलत जवाब। चा कोई आटे की बोरी। मिन नहीं लाला, 2 जवाब तेरे हो गए गलत, 3रा जवाब सही देना है। खंड का की भाव? खंड 60 रुपये किलो। 50 रुपये किलो। कोशिश सेठ दी चंगी है भाई, पर जवाब फिर गलत हो गया। जा कोई खंड दी बोरी। मालको तुझी अब भी रेट लगा लो। कौन आया लाइन पे? सही जवाब 40 रुपये किलो। ते ही रेट रहना चाहिए। आज तो बात तेरी दुकान दे विच पई हरेक चीज का भाव असी फिक्स करांगे। असी दा मतलब बिकर भाई। जा जा। अच्छा मालको। मेरा नाम है पिकर भाई, ते मैं खान नहीं देनी किसे नू हराम की कमाई। ओ वाह भाई वाह, बिकर भाई ता साडा बड़ा ही घेंट है। ओ बल्ले, बिकर भाई ता अपने पिंड दा ही आ। ले भाई, मैं ता एक गल कहना, मैं ता कल्ले शहर जाके खबर दे आउणी आ। भाई मेरी गल सुन लो, हुण देखियो टीवी वालियां सोहणियां सोहणियां बीबियां किवें अपने पिंड आउणगियां। मैं ता कहना सोरी दिओ, तुसी भी ना अपने कोटा नू धुप लवा ही लो। हाँ, छोटे छोटे आ काम नहीं करना भाई, मेरी जान स्यापा पा दोगे तुसी। और मेरा मतलब भी छोटे वीर, देखो मैं अजे हैगा कुवारा,
ਵਿਆਹ ਨਹੀਂ ਨਾ ਹੋਇਆ ਮੇਰਾ, ਛੜੇ ਛੜਾਂਗ ਫਿਰਦਿਆਂ। ਹੁਣ ਅਖਬਾਰ ਵਾਲਿਆਂ ਨੇ ਆਉਣਾ, ਅਖਬਾਰ 'ਚ ਫੋਟੋ ਲਾਉਣਗੇ, ਟੀਵੀ ਵਾਲੇ ਆਉਣਗੇ, ਅਖਬਾਰ 'ਚ ਫੋਟੋ ਛਪੂਗੀ, ਟੀਵੀ 'ਤੇ ਮੇਰੀ ਫੋਟੋ ਆਊਗੀ। ਕੁੜੀਆਂ ਕਤਰੀਆਂ ਨੇ ਦੇਖ ਲੈਣੀ ਹੈ ਯਾਰ। ਹੁਣ ਕੁੜੀਆਂ ਸੋਚਣਗੀਆਂ ਵੀ ਆਹਾ, ਇੰਨਾ ਸੋਹਣਾ ਸੁਨੱਖਾ ਨੌਜਵਾਨ, ਇਹ ਹੈ ਵਿਕਰ ਬਾਈ। ਉਹਨਾਂ ਨੇ ਤਾਂ ਯਾਰ ਮੇਰਾ ਜੂਣਾ ਹਰਾਮ ਕਰ ਦੇਣਾ, ਮੈਂ ਆਪਣੀ ਇੱਜ਼ਤ ਕਿਵੇਂ ਬਚਾਊਂਗਾ? ਸੋ ਇਸ ਗੱਲ ਨੂੰ ਰਹਿ ਨਹੀਂ ਦਿਓ ਬਾਈ। ਮੈਨੂੰ ਪਤਾ ਤੂੰ ਕਿਹਦੇ 'ਤੇ ਮਰਦਾ। ਵਿੱਕੀ ਵੀਰ, ਗੱਲ ਬਣਦੀ ਲੱਗਦੀ ਹੈ। ਏਦਾਂ ਕਰੋ, ਹਾਂਜੀ, ਮੈਨੂੰ ਫਿਰ ਮੋਢਿਆਂ 'ਤੇ ਚੱਕੋ, ਆ ਜਾਓ। ਇੱਕ ਮਿੰਟ। ਸੋ ਮੇਰੇ ਘੋੜੇ ਵੀਰੋ, ਜੇ ਤੁਹਾਨੂੰ ਪਤਾ ਹੀ ਹੈ ਤਾਂ ਫਿਰ ਮੈਨੂੰ ਲੈ ਚਲੋ ਰੀਤ ਦੇ ਘਰ ਵੱਲ। ਅਜੀ ਪਾਦਾ ਨੇ ਕਾਰ ਬਾਈ, ਸਰਵਾਲਾ ਕੌਣ ਬਣੂਗਾ? ਮੈਂ ਬਣੂ ਕਿ ਮੈਂ ਸਾਲਣੇ ਕੁਕੜਾਂਗੋ ਧੋਣਾ ਚੱਕੀਆਂ, ਸਰਵਾਲਾ ਬਣੂਗਾ। ਪਾਵਾ ਯਾਰ ਸਿੱਧੂ, ਤੂੰ ਤਾਂ ਕਹਿੰਦਾ ਸੀ ਕਿ ਜਦੋਂ ਘਰ ਵਾਲੀ ਛੱਡ ਕੇ ਜਾਂਦੀ ਹੈ ਤਾਂ ਵਾਪਸ ਆ ਜਾਂਦੀ ਹੈ, ਆਈ ਤਾਂ ਹੈ ਨਹੀਂ ਯਾਰ। ਮੇਰੇ ਵਾਲੀ ਤਾਂ ਆ ਜਾਂਦੀ ਹੈ ਯਾਰ, ਤੇਰੇ ਵਾਲੀ ਵੀ ਆ ਹੀ ਜਾਊ। ਨਹੀਂ ਯਾਰ, ਨਹੀਂ, ਮੈਨੂੰ ਨਹੀਂ ਲੱਗਦਾ ਕਿ ਹੁਣ ਉਹ ਕਦੀ ਵਾਪਸ ਆਊਗੀ, ਉਹ ਵੀ ਤਾਂ ਮੇਰੇ ਵਰਗੀ ਹੋਈ ਸੈਂਟੀਮੈਂਟਲ ਹੈ। ਤੂੰ ਉਹਨੂੰ ਮਿਸ ਕਰ ਰਿਹਾ ਨਾ? ਜੇ ਤੂੰ ਕਹਿਦਾ ਮੈਂ ਲਿਆਵਾਂ ਭਾਬੀ ਨੂੰ। ਕਿਉਂ, ਤੂੰ ਕਿਉਂ ਲੈ ਕੇ ਆਏਗਾ? ਆਪੇ ਗਈ ਹੈ, ਆਪੇ ਆ ਜੂਗੀ। ਯਾਰ ਉਹ ਤੈਨੂੰ ਬਹੁਤ ਪਿਆਰ ਕਰਦੀ ਹੈ, ਤੇ ਉਹ ਵੀ ਵਿਕਰਮ ਸਿੰਘ ਤੋਂ ਬਿਨਾਂ ਰਹਿ ਨਹੀਂ ਪਾਏਗੀ। ਵਿਕਰਮ ਸਿੰਘ ਮਰ ਗਿਆ? ਵਿਕਰਮ ਸਿੰਘ ਸਿੱਧੂ, ਭੁੱਲ ਕੇ ਵੀ ਮੈਨੂੰ ਵਿਕਰਮ ਨਾ ਕਹੀ। ਮੈਂ ਵਿਕਰਮ ਨਹੀਂ, ਵਿਕਰਾਂ ਵਿਕਰ। ਤੇ ਜੇ ਹੁਣ ਮੈਨੂੰ ਕਿਸੇ ਨੇ ਅਸੈਪਟ ਕਰਨਾ ਤਾਂ ਫਿਰ ਵਿਕਰ ਦੇ ਅਸੂਲਾਂ ਤੇ ਆਦਰਸ਼ਾਂ ਨੂੰ ਅਸੈਪਟ ਕਰਨਾ ਪਏਗਾ, ਨਹੀਂ ਤਾਂ ਵਿਕਰ ਨੂੰ ਵੀ ਹੁਣ ਕਿਸੇ ਦੀ ਲੋੜ ਨਹੀਂ, ਕਿਸੇ ਦੀ ਵੀ ਲੋੜ ਨਹੀਂ। ਮੈਂ ਸੁਣਿਆ ਵਿਕਰ ਨੇ ਇੱਥੇ ਕਈ ਸਾਰੇ ਬੰਦਿਆਂ ਨੂੰ ਕੁੱਟਿਆ। ਕੁੱਟਿਆ ਜੀ, ਬਹੁਤ ਕੁੱਟਿਆ। ਪਰ ਕੁੱਟਿਆ ਕਿਉਂ ਹੈ ਸਰ, ਇਹ ਤੁਹਾਨੂੰ ਨਹੀਂ ਪਤਾ, ਇਹ ਤੁਹਾਨੂੰ ਅਸੀਂ ਦੱਸਦੇ ਹਾਂ। ਇਹ ਤੇ ਗਰੀਬ ਬੰਦੇ ਨੇ ਵਿਚਾਰੇ, ਸਵੇਰੇ ਕਮਾਉਂਦੇ ਨੇ ਤੇ ਰਾਤੀ ਖਾਂਦੇ ਨੇ, ਅਗਰ ਕਮਾਉਣਗੇ ਨਹੀਂ ਤੇ ਖਾਣਗੇ ਕੀ? ਕਿਉਂ ਵੀ ਉਹਨਾਂ ਨੇ ਕੁੱਟ ਕੇ ਚੰਗਾ ਕੀਤਾ ਹੈ ਨਾ। ਸਰ ਉਹ ਤਾਂ ਬਹੁਤ ਹੀ ਭਲਾ ਬੰਦਾ ਜੀ, ਉਹ ਹਰ ਇੱਕ ਨੂੰ ਕਹਿੰਦਾ ਕਿ ਆਪਣੀ ਡਿਊਟੀ ਪੂਰਾ ਦਿਲ ਲਾ ਕੇ ਕਰਿਆ ਕਰੋ, ਨਾਲੇ ਆਪਣੀ ਰਿਸਪੋਂਸਿਬਿਲਿਟੀ ਇਗਨੋਰ ਵੀ ਨਾ ਕਰਿਆ ਕਰੋ। ਸਰ ਉਹ ਤਾਂ ਆਫਿਸ ਤੋਂ ਕਦੀ ਛੁੱਟੀ ਵੀ ਨਹੀਂ ਲੈਂਦਾ ਜੀ। ਸਰ ਉਹ ਹੈਗਾ ਤਾਂ ਮੇਰਾ ਦੋਸਤ ਹੈ, ਪਰ ਮੇਰੇ ਦਿਲ ਵਿੱਚ ਉਹਦੇ ਲਈ ਬਹੁਤ ਇੱਜ਼ਤ ਹੈ। ਯੈਸ ਸਰ, ਵੈਰੀ ਟਰੂ ਸਰ, ਉਹਨਾਂ ਨੇ ਮੈਨੂੰ ਵੀ ਲੈਕਚਰ ਦਿੱਤਾ ਸੀ, ਹੁਣ ਮੈਂ ਤਾਂ ਪੂਰੇ ਟਾਈਮ ਤੇ ਆਉਂਦੀ ਹਾਂ। ਪੁੱਛੋ ਨਾ ਜਨਾਬ, 3 ਰੁਪਈਏ ਪਿੱਛੇ ਸਾਰੀ ਕੰਟੀਨ ਭੰਨ ਗਿਆ ਮੇਰੀ। ਪਾਗਲ ਬੰਦਾ ਹੈ ਜੀ। 3 ਰੁਪਈਏ ਪਿੱਛੇ? ਹਾਂ ਜੀ, 3 ਰੁਪਈਏ ਪਿੱਛੇ, ਧੱਕੇ ਨਾਲ ਮੰਗਦਾ ਸੀ ਮੈਥੋਂ। ਸੱਚ ਬੋਲੋ ਜਨਾਬ, 3 ਰੁਪਏ ਕਾਹਦੇ ਮੰਗਦੇ ਸੀ? ਬੋਤਲ ਠੰਡੀ ਕਰਨ ਲਈ? ਜਨਾਬ ਉਹ ਤਾਂ ਮੰਗਣੇ ਹੀ ਹੋਏ ਨਾ ਫਿਰ। ਬਈ ਮੈਂ 3 ਰੁਪਈਏ ਐਕਸਟਰਾ ਮੰਗੇ ਨੇ ਨਾ, ਬੋਤਲ ਠੰਡੀ ਵੀ ਤਾਂ ਕਰਕੇ ਦਿੱਤੀ ਹੈ ਜਨਾਬ। ਚੁੱਪ। ਓਏ ਖੋਤਿਆ, ਮਤਲਬ 3 ਰੁਪਈਆਂ ਦੇ ਲਾਲਚ ਪਿੱਛੇ ਤੂੰ ਆਪਣਾ ਹਜ਼ਾਰਾਂ ਦਾ ਨੁਕਸਾਨ ਕਰਵਾ ਲਿਆ? ਓਏ ਪੁੱਤਰ, ਇੱਥੇ ਬੈਠ, ਇਹ ਟੋਪੀ ਪਾ ਲੇ। ਓਏ ਤੈਨੂੰ ਵੀ ਤਾਂ ਬੜਾ ਹੋ ਕੇ ਪੁਲਿਸ ਅਫਸਰ ਹੀ ਬਣਨਾ ਹੈ। ਨਹੀਂ ਪਾਪਾ, ਮੈਂ ਬੜਾ ਹੋ ਕੇ ਵਿਕਰ ਬਾਈ ਬਣੂੰਗਾ। ਠੀਕ ਹੈ ਪੁੱਤਰ, ਜ਼ਰੂਰ ਬਣੀ, ਲੇਕਿਨ ਵਿਕਰ ਬਾਈ ਬਣਨ ਤੋਂ ਪਹਿਲਾਂ ਵਿਕਰਮ ਸਿੰਘ ਬਣੀ।
सरदार साहब मेरी एक बेनती है सरदार साहब मैनू मिलन दियो आउन दियो सरदार साहब सस्रीकाल जी सस्रीकाल जी सस्रीकाल सरदार साहब मेरी एक बेनती है हाँ दसो जी की सेवा कर सकते हैं देखो मैं एक गरीब जिहा आदमी हाँ मेरे इस दुनिया विच कोई नहीं है बस एक धी सी जिस दी कुछ महीनों पहले एक मुंडे ने इज्जत लुट ली सी ओह मेरे बच्चे ये सदमा बर्दाश्त ना कर सकी ते कुछ दिन बाद उसने आत्महत्या कर ली सदा साहब मैं एक बेनती लेके आया देखो तुहाडे कोल ताकत है तुसी मैनू इंसाफ दवा सकते हो सदा साहब मैं बस यही चाहना कि मेरा आखिरी साह निकलन तो पहला कातलों दे कीते दी ऐसी सजा मिले कि मुड़के किसी की धी की जिंदगी ना खराब कर सके बस सरदार साहब मेरी मेरी यही बेनती है तुसी बिल्कुल टेंशन ना लो तुहाडा काम होया समझो मैं अज ही एक केस करवाउना तुहानू इंसाफ दवाउना सर तुसी ये की कर रहे हो वोटां कट्टियां कर रहे हां पर पार्टी फंड दा की हो ओ रेप वाले मुंडे दा प्यो आपां नू नोटां दे गफ्फे दिंदा है तुसी आपे तां प्रोटेक्ट कीता सी हां बुजुर्गो लत्तां थोड़ियां कबरां च ने ए केड़ी उमरे बदले लैण निकले आ रेप ही होया सी ना एड्डी केड़ी वड्डी गल है ब्याह तो बाद भी तां रेप ही हुंदा है बाबा जी इलेक्शन सिर ते है इस वेले मेरे कोल साला यही काम रह गया बई माहा माड़े मोटे रेप रूप करन वाले बंदियां नू अंदर कराउंदा फिरां जवानी गर्म हुंदी है तुसी भी तो अपनी जवानी दी उम्र च किसे ना किसे दी अख रखी हो छड्डो ये बदले बुदले लैण वालियां गल्लां पाठ पूजा करया करो इन्हां दुरिंदियां कोल दुख रोण दा कोई फायदा नहीं बजुर्गो तुसी चलो मेरे नाल बाबा जी तुसी पुलिस कोल नहीं गए पुत मैं तो अपने जख्म उधेड़ उधेड़ के थक चुके मैं किधे किधे कोल जाके अपना रोना नहीं रोया ते पुलिस वाले ने कुछ नहीं किया शुरू शुरू ही तो पुलिस वाले इस केस दे मकल लगे रहे कुछ दिन बाद उन्होंने मैनू दस्या भी कि उस मुंडे का पता लग चुका जिसने कुकर्म किया सी अगले दिन जो मैं थाने गया तो साफ मुकर गया रातों रात उन्होंने मुंह बदल गए उस थाने का इंचार्ज कौन सी जिले सिंह पुत मैं तो पक्का यकीन है कि उसने जरूर पैसे खाधे बाबा जी हुण तुहाडा दुख मेरा दुख है मैनू पता है कि वह इंस्पैक्टर जड़ों ही करप्ट है हुण इस शैतान दियां जड़ां वढ़णियां ही पैणियां सिक्योरिटी तां मेरे पावे दी लोरी ने सुआह दित्ती है नेता जी तुसी शहर दे राजे उच्च
ਉੱਚਾ ਸਿਰ ਕਰਕੇ ਤੁਰਨ ਵਾਲੇ। ਬਹੁਤ ਘਮੰਡ ਹੈ ਨਾ ਤੁਹਾਨੂੰ ਆਪਣੇ ਇਸ ਰੁਤਬੇ ਤੇ। ਤੇ ਫਿਰ ਸੁਣੋ, ਜਨਾਬ ਦੀ ਕੁੜੀ ਕਿਡਨੈਪ ਹੋ ਗਈ ਹੈ। ਇਹ ਕੀ ਬਕਵਾਸ ਕਰ ਰਿਹਾ ਤੂੰ? ਘਬਰਾ ਗਏ ਨੇਤਾ ਜੀ, ਕੁੜੀਆਂ ਤਾਂ ਚੱਕੀਆਂ ਹੀ ਜਾਂਦੀਆਂ ਨੇ, ਰੇਪ ਸ਼ੇਪ ਤਾਂ ਹੁੰਦੇ ਹੀ ਰਹਿੰਦੇ ਨੇ। ਆਹੀ ਕਿਹਾ ਸੀ ਨਾ ਤੁਸੀਂ ਅੱਜ ਉਸ ਬਜ਼ੁਰਗ ਨੂੰ, ਹੈ ਨਾ? ਠੰਡ ਰੱਖ, ਥੋੜੀ ਠੰਡ ਰੱਖ, ਯਾਦ ਤੇ ਆਪਣੀ ਸਾਰੀ ਤਾਕਤ ਆਪਣੀ ਉਸ ਲਾਡਲੀ ਨੂੰ ਲੱਭਣ ਤੇ ਲਾ ਦੇ, ਜਾਂ ਫਿਰ ਉਸ ਬਜ਼ੁਰਗ ਦੀ ਕੁੜੀ ਨਾਲ ਦੁਸ਼ਕਰਮ ਕਰਨ ਵਾਲੇ ਗੁਨਾਹਗਾਰ ਨੂੰ ਸਲਾਖਾਂ ਦੇ ਪਿੱਛੇ ਪਜਾ ਦੇ। ਤੇਰੇ ਕੋਲ ਸਿਰਫ 24 ਘੰਟੇ ਨੇ, ਨਹੀਂ ਤਾਂ ਤੇਰੀ ਕੁੜੀ ਦਾ ਉਹ ਹਸ਼ਰ ਹੋਊ। ਕੀ ਬਕਵਾਸ ਕਰ ਰਿਹਾ ਤੂੰ? ਇਹ ਪਾਵਾ ਦੇਖ ਰਿਹਾ ਮੰਤਰੀ? ਇਸ ਪਾਵੇ ਦੀ ਐਸੀ ਚੂੜੀ ਚੜਾਹੂ ਕਿ ਅਗਲੇ 6 ਮਹੀਨੇ ਤੱਕ ਜਨਾਬ ਸਿਰਫ ਲਿਕੁਇਡ ਡਾਈਟ ਤੇ ਹੀ ਰਹਿਣਗੇ। ਜੰਗ ਨਹੀਂ ਆਗਾਜ਼ ਹੈ, ਇਹ ਸੱਚ ਦੀ ਆਵਾਜ਼ ਹੈ, ਕਰਮ ਦੀ ਰਾਹ ਤੇ ਤੂੰ ਨਾ ਚੁੱਕ ਕਦੇ ਨਾ ਰੁਕ ਕਦੇ, ਕਰ ਫਤਿਹ ਕਰ ਫਤਿਹ। ਦੁਸ਼ਮਣ ਨੂੰ ਖੁਦ ਦੀ ਨਾਸ ਹੈ, ਜਿਹੜੀ ਨਹੀਂ ਤੂੰ ਪਾਸ ਹੈ, ਜ਼ੁਲਮ ਦੀ ਇੰਤਿਹਾ ਤੂੰ ਕਰ ਕਦੇ ਨਾ ਚੱਕ ਕਦੇ, ਕਰ ਫਤਿਹ ਕਰ ਫਤਿਹ ਕਰ ਫਤਿਹ। ਬੜੀਆਂ ਗੱਲਾਂ ਸੁਣੀਆਂ ਸੀ ਤੇਰੇ ਬਾਰੇ ACP ਗੁਰਬਾਜ ਸਿੰਘ, ਕਿ ਤੂੰ ਆਹ ਕਰ ਦੇਗਾ ਉਹ ਕਰ ਦੇਗਾ, ਜਦੋਂ ਨਾ ਆਇਆ ਕੀ ਕੀਤਾ ਤੂੰ? ਕਿਹੜਾ ਛੁੱਟ ਛਣਾ ਵਜਾ ਲਿਆ? ਇੱਕ ਵੀ ਸਬੂਤ ਮਿਲਿਆ ਤੈਨੂੰ ਬਿਕਰ ਦੇ ਖਿਲਾਫ? ਤੇਰਾ ਜਿੰਨੀ ਵੀ ਪ੍ਰੋਗਰੈਸ ਹੋਈ ਹੈ ਇਸ ਕੇਸ 'ਚ, ਉਹ ਮੇਰੇ ਘਰ ਆ ਕੇ ਮੇਰੇ ਸਾਹਮਣੇ ਆਏ ਮੇਰੇ ਟੇਬਲ ਤੇ ਪੈਰ ਰੱਖ ਕੇ ਮੈਨੂੰ ਧਮਕੀ ਦੇ ਕੇ ਗਿਆ ਕਿ ਉਹਨੇ ਮੇਰੀ ਬੇਟੀ ਚੱਕ ਲਈ। ਸਾਲਾ ਅੱਜ ਤੱਕ ਕੋਈ ਖੰਘਿਆ ਨਹੀਂ ਮੇਰੇ ਸਾਹਮਣੇ। ACP ਕੀ ਕਰ ਰਿਹਾ? ਡੈਸਕ ਦੇ ਪਿੱਛੇ ਬੈਠਾ ਲਾਟੂ ਘੁਮਾ ਰਿਹਾ। ਬਿੱਕਰ ਨੇ ਮੈਨੂੰ 24 ਘੰਟੇ ਦਿੱਤੇ ਨੇ ਤੇ ਮੈਂ ਤੈਨੂੰ 12 ਘੰਟੇ ਦਿੰਦਾ। 12 ਘੰਟੇ ਦੇ ਅੰਦਰ ਅੰਦਰ ਮੇਰੀ ਕੁੜੀ ਮੇਰੇ ਘਰ ਤੇ ਬਿੱਕਰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ, ਨਹੀਂ ਤਾਂ ਆਪਣੀ ਪੂੰਛ ਲੱਤਾਂ 'ਚ ਦੇ ਕੇ ਚੌਂ ਚੌਂ ਕਰਦਾ ਆ ਨੌਕਰੀ ਛੱਡ ਕੇ ਜਾਣ ਲਈ ਤਿਆਰ ਹੋ ਜਾ। ਦਿਆਲ ਸਿੰਘ ਜੀ, ਮੇਰਾ ਜਵਾਬ ਤਾਂ ਸੁਣਦੇ ਜਾਓ। ਤੁਸੀਂ ਨੌਕਰੀ ਦੀ ਕੀ ਗੱਲ ਕਰਦੇ ਹੋ? ਹੈਲੋ, ਅਸੀਂ ਸਿਗਨੇਚਰ ਕਰ ਦਿੱਤੇ, ਰੈਜ਼ਿਗਨੇਸ਼ਨ ਤੁਸੀਂ ਆਪ ਹੀ ਲਿਖ ਲਓ। ਪੁਲਿਸ ਦੀ ਨੌਕਰੀ ਕਿਸੇ ਨੇਤਾ ਦੀ ਕੁਰਸੀ ਨਹੀਂ, ਜੋ ਅੱਜ ਹੈ ਤੇ ਕੱਲ ਨਹੀਂ। ਦਿਆਲ ਸਿੰਘ ਜੀ, ਮੈਂ ਤਾਂ ਇਸ ਵਰਦੀ ਦੀ ਇੱਜ਼ਤ ਕਰਦਾ, ਤੁਸੀਂ ਸ਼ੁਕਰ ਕਰੋ ਕਿ ਮੈਂ ਇਸ ਵੇਲੇ ਇਹ ਵਰਦੀ ਪਾਈ ਹੋਈ ਹੈ। ਜੇ ਮੈਂ ਡਿਊਟੀ ਤੇ ਨਾ ਹੁੰਦਾ ਨਾ ਤਾਂ ਤੈਨੂੰ ਉਸ ਖੋਜੇ 'ਚ ਮੁਰਗਾ ਬਣਾ ਦੇਣਾ ਸੀ। ਗੁਰਬਾਜ ਸਿੰਘ ਸਿਰਫ ਉਸ ਗੁਰੂ ਤੋਂ ਡਰਦਾ, ਹੋਰ ਕਿਸੇ ਤੋਂ ਨਹੀਂ। ਜੇ ਦੁਬਾਰਾ ਕਦੇ ਮੇਰੇ ਨਾਲ ਉੱਚੀ ਆਵਾਜ਼ ਨਾਲ ਗੱਲ ਕੀਤੀ ਨਾ ਤਾਂ ਇਹੀ ਲਾਟੂ ਇਹੋ ਜਿਹਾ ਤੁਹਾਨੂੰ ਕਿ ਮੂੰਹ ਚੋਂ ਆਵਾਜ਼ ਨਹੀਂ ਨਿਕਲਣੀ। ਜੇ ਵਿਕਰ ਨੇ ਵਾਕਈ ਹੀ ਤੁਹਾਡੀ ਕੁੜੀ ਨੂੰ ਚੱਕਿਆ ਹੈ ਤਾਂ ਇਹ ਉਹਦੀ ਆਖਰੀ ਗਲਤੀ ਹੋਏਗੀ। ਜਾਓ ਦਿਆਲ ਸਿੰਘ ਜੀ, ਜਾਕਰ ਆਪਣੀ ਕੁਰਸੀ ਸੇਕੋ, ਤੁਹਾਡੀ ਕੁੜੀ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਹੁਣ ਮੇਰੀ ਆ। ਕੁੜੀ ਨੂੰ ਚੱਕ ਲਿਆ ਬਿੱਕਰ, ਇਹ ਚੰਗਾ ਨਹੀਂ ਕੀਤਾ। ਯਾਰ ਥਾਣੇਦਾਰ, ਉਧਰ ਹੈ ਭਾਈ, ਅਜੀਬ ਸੀ ਜਗ੍ਹਾ ਸਰ, ਪਰ ਹਮਨੇ ਕਿਹਾ ਹੈ
आड़े की सज्जन पुरुष ने मारे थी किसे देने है। नजर रखिए ईवाऊ हूँ। जी जनाब। बड़ी गर्मी से भाई लोग भी बावड़े हो गए क्या बलावड़ा के पीछे दे। कैसी जगह भाई बड़े बक्से शक्से रखे हैं क्या पतन में पीसे भरे हो। हलो भाई आ गया था राजीजा निकलो बाहर कर लो सगन जो करने हैं भाई। हेलो ओ भी सन्नी देओल तू कहां से आ गया। तेरी फिल्म दा दी एंड करना आया। क्यों हत्या करनू जी तनी करता पर छलेटिया तेरा कैरेक्टर ही कुछ ऐसा है कि तेनू बख्शा भी नहीं जा सकता। अरे जो किसे पकड़ लिया भाई तूने जिले सिंह ना किसी के सात सात दस के चरण सिंह की बेटी का रेप किसने किया ते तू किन्ने पैसे खाते हैं। अरे बावली बात कर रहा है भाई मैंने कौन से पीसे खाए हैं। जदो एक बार ये पावा पिया ना खोपड़े ते ता रकम सने बकाया भी याद आ जू। अरे के कर रहा है भाई अरे दिमाग खराब हो गया सारा। अरे ज्यादा मर से मिले तेरे अरे जबड़ा निकल जाएगा भाई अरे दिमाग खराब हो गया सारा। हुई ना गल की अखबार छप गई लोगों ने मुंडिया ते की चक लिया आगे अपनी औकात। उतर गया नशा इंसाफ का हो गई पूरी समाज सेवा। मेरी गल ना सुन चाहूंगा पहले कुड़ी की चक लिया ते हुण एक इंस्पेक्टर नू टॉर्चर कर रहा है। एसीपी साहब तुसी गल दसो बस एसीपी साहब बस मैंने मजबूर ना करो एसीपी साहब इंस्पेक्टर ने पैसे लेके एक मासूम कुड़ी नाल बलात्कार करने वाले का रज के साथ दिता ते मजबूर उस कुड़ी नूं खुदकुशी करनी पई। तू बोलेगा या मेरा पावा बोले बोल तो सच रहे सर। यू बास्टर्ड पुलिस की वर्दी नू बिकाओ बना रखा होया है। कोई हक नहीं है तेनू यह वर्दी पाउण दा कोई हक नहीं है। सॉरी बिकर मैं गलत फहमी हो गई सी पर हुण ते दोषी का पता लग गया है
ਹੁਣ ਤੂੰ ਸਰੈਂਡਰ ਕਰ ਦੇ। ਮੈਂ ਦਿਲਾਵਾਂਗਾ ਤੈਨੂੰ ਇਨਸਾਫ। ਸਰੈਂਡਰ ਕਰ ਦੇ ਮੇਰੇ ਯਾਰ। ਨਹੀਂ ਐਸਪੀ ਸਾਹਿਬ, ਤੁਹਾਡੇ ਤੇ ਮੈਨੂੰ ਪੂਰਾ ਯਕੀਨ ਆ, ਪਰ ਉਹਨਾਂ ਲਾਲਚੀ ਗਿੱਦੜਾਂ ਤੇ ਨਹੀਂ। ਤੁਸੀਂ ਇਹ ਵਰਦੀ ਪਾ ਕੇ ਉੱਥੇ ਜਾਓਗੇ ਤਾਂ ਛੱਤੀ ਫੋਨ ਖੜਕ ਜਾਣਗੇ। ਕਈ ਲੋਕ ਤੁਹਾਨੂੰ ਮਜਬੂਰ ਕਰ ਦੇਣਗੇ ਤੇ ਕਈ ਪੈਸਿਆਂ ਵਾਲੇ ਪੈਸੇ ਸਿੱਟ ਕੇ ਇਨਸਾਫ ਖਰੀਦ ਲੈਣਗੇ ਤੇ ਇਸ ਦੀ ਆੜ ਵਿੱਚ ਉਹ ਮੁੰਡਾ ਗਾਇਬ ਹੋ ਜਾਏਗਾ ਤੇ ਇੱਕ ਵਾਰ ਫਿਰ ਕੇਸ ਰਫਾ ਦਫਾ ਹੋ ਜਾਏਗਾ। ਇਹ ਕੰਮ ਮੇਰੇ ਕਰਨ ਦਾ ਹੈ। ਇਸ ਵੀ ਸਾਹਿਬ, ਜਿੱਥੋਂ ਤੱਕ ਉਸ ਮੰਤਰੀ ਦੀ ਕੁੜੀ ਦਾ ਸਵਾਲ ਹੈ, ਉਹ ਹੁਣ ਤੱਕ ਆਪਣੇ ਘਰ ਪਹੁੰਚ ਗਈ ਹੋਵੇਗੀ। ਹੁਣ ਮੈਂ ਤੁਹਾਨੂੰ ਇਸ ਫਾਰਮੂਲੇ ਬਾਰੇ ਦੱਸਦਾ। The meaning of this is that for next 5 minutes this class belongs to Bikkar Bhai. Please be seated. Aaj the Bikkar Bani chalegi. ਸਨੀ ਬੀਕਾਨੇਰੀ, ਸਨ ਆਫ ਹਰਚੰਦ ਬੀਕਾਨੇਰੀ, ਇੱਕ ਬਹੁਤ ਵੱਡੇ ਪੋਲੀਟੀਕਲੀ ਕਨੈਕਟਿਡ ਇੰਡਸਟਰੀਅਲਿਸਟ ਦੀ ਵਿਗੜੀ ਹੋਈ ਔਲਾਦ। ਅੰਨਾ ਪੈਸਾ ਮਤਲਬ ਕਿ ਜੋ ਦਿਲ ਚਾਹੋ ਕਰੋ, ਕੋਈ ਪੁੱਛਣ ਵਾਲਾ ਨਹੀਂ। ਤੇਰੀ ਭੈਣ ਦਾ ਨਾਂ ਦਿਸ਼ਿਕਾ ਬੀਕਾਨੇਰੀ ਹੈ ਨਾ? ਉਮਰ 21 ਸਾਲ, ਸੋਸ਼ੀਓਲੋਜੀ ਡਿਪਾਰਟਮੈਂਟ, ਅੱਜ 3 ਡੈਸਕ ਤੇ ਬੈਠੀ ਹੈ ਪੀਲਾ ਸੂਟ ਪਾ ਕੇ। ਤੂੰ ਹੀ ਤਾਂ ਸਵੇਰੇ ਲੈ ਕੇ ਆਇਆ ਉਹਨੂੰ ਕਾਲਜ। ਸੋਚ ਕੇ ਇੱਕ ਦਿਨ ਤੇਰੀ ਭੈਣ ਕਾਲਜ ਤੋਂ ਘਰ ਜਾ ਰਹੀ ਸੀ। ਸੋਚ ਕੇ ਤੇਰੀ ਭੈਣ ਨੂੰ ਤੇਰੀ ਦੋਸਤਾਂ ਨੇ ਆਪਣੀ ਕਾਰ ਵਿੱਚ ਲਿਫਟ ਦਿੱਤੀ। ਸੋਚ ਕਿ ਰਸਤੇ ਵਿੱਚ ਤੇਰੀ ਦੋਸਤਾਂ ਦੀ ਤੇਰੀ ਖੂਬਸੂਰਤ ਭੈਣ ਨੂੰ ਦੇਖ ਕੇ ਨੀਅਤ ਬਦਲ ਗਈ। ਸੋਚ ਕਿ ਤੇਰੀ ਦੋਸਤਾਂ ਨੇ ਤੇਰੀ ਲਾਡਲੀ ਭੈਣ ਦੇ ਨਾਲ ਉਸ ਤੋਂ ਬਾਅਦ ਵਾਰੋ ਵਾਰੀ ਦੁਸ਼ਕਰਮ ਕੀਤਾ। ਓਏ, ਇਹ ਕੀ ਬਕਵਾਸ ਕਰ ਰਿਹਾ ਤੂੰ? ਚੁੱਪ ਕਰਕੇ ਬਹਿ ਜਾ, ਨਹੀਂ ਤਾਂ ਸਾਰਾ ਇਸ ਮਹਿਲ ਦੇ ਵਾਂਗੂ ਪਿੱਛੋਂ ਪਾੜ ਦੂੰ। ਹਾਲੇ ਤਾਂ ਮੈਂ ਤੈਨੂੰ ਬਲੈਕ ਬੋਰਡ ਤੇ ਸਮਝਾਇਆ। ਸੋਚ ਕੇ ਅਗਰ ਅਸਲੀਅਤ ਵਿੱਚ ਹੁੰਦਾ ਤਾਂ ਕੀ ਹੁੰਦਾ? ਬਹੁਤ ਦਰਦ ਹੋਇਆ ਨਾ ਆਪਣੀ ਭੈਣ ਬਾਰੇ ਏਦਾਂ ਸੋਚ ਕੇ। ਸੋਚ ਉਸ ਕੁੜੀ ਤੇ ਕੀ ਬੀਤੀ ਹੋਊ ਜਿਸਦਾ ਤੂੰ ਰੇਪ ਕਰਕੇ ਆਇਆ। ਉਸਦੇ ਘਰਦਿਆਂ ਦੀ ਕੀ ਹਾਲਤ ਹੋਈ ਹੋਊ? ਉਹ ਕਿਸੇ ਦੀ ਧੀ ਜਾਂ ਭੈਣ ਨਹੀਂ ਸੀ। ਕੀ ਬਕਵਾਸ ਕਰ ਰਿਹਾ ਤੂੰ? ਮੈਂ ਕੋਈ ਰੇਪ ਨਹੀਂ ਕੀਤਾ ਹੈ। ਪੁਲਿਸ ਵੀ ਇਹੀ ਕਹਿੰਦੀ ਆ ਤੇ ਤੇਰਾ ਪਿਓ ਵੀ, ਪਰ ਮੇਰਾ ਬਾਵਾ ਤੇ ਕੁਝ ਹੋਰ ਹੀ ਕਹਿੰਦਾ। ਕਿੱਥੇ ਜਾਣਾ ਛੋਟੂਆ? ਕਾਲਜ ਆ ਜਾ, ਬਿੱਕਰ ਭਾਈ ਸਨੀ ਨੂੰ ਕੁੱਟਦਾ ਪਿਆ ਹੈ।
ਬੋਲਦਾਰ ਫੜ ਇਹਨਾਂ ਨੂੰ ਲਓ ACP ਸਾਹਿਬ ਮੈਂ ਆਪਣਾ ਕੰਮ ਕਰ ਦਿੱਤਾ ਤੁਸੀਂ ਆਪਣਾ ਫਰਜ਼ ਪੂਰਾ ਕਰੋ ਰੁਕ ਜਾ ਨਾ ਬਿੱਕਰ ਨਾ proud of you papa mainu maaf kar do bikram main tuhanu bahut galat samjhe main